मित्र प्यारे प्रोग्राम दिलजीत ब्राड शो ਦੇ ਵਿੱਚ ਤੁਹਾਡਾ ਸਵਾਗਤ। ਤੁਸੀਂ ਦੇਖ ਰਹੇ ਹੋ ਵਿਨੀਪੈਗ ਹਲਚਲ ਟੀਵੀ ਚੈਨਲ। ਜਦੋਂ ਅਸੀਂ ਸਕੂਲਾਂ ਦੇ ਵਿੱਚ ਪੜ੍ਹਦੇ ਸੀ, ਯੂਨੀਵਰਸਿਟੀਆਂ ਦੇ ਵਿੱਚ ਪੜ੍ਹਦੇ ਸੀ, ਤਾਂ ਅਸੀਂ ਇੱਕ ਟਰਮ ਸੁਣਦੇ ਹੁੰਦੇ ਸੀ, ਕੋ ਕਰੀਕੁਲਰ ਐਕਟੀਵਿਟੀਜ਼, ਜਿਹਨੂੰ ਪਹਿਲਾਂ ਐਕਸਟਰਾ ਕਰੀਕੁਲਰ ਐਕਟੀਵਿਟੀਜ਼ ਕਹਿੰਦੇ ਹੁੰਦੇ ਸੀ। ਉਹਦਾ ਮਤਲਬ ਇਹ ਸੀਗਾ ਕਿ ਤੁਹਾਡੀ ਪੜ੍ਹਾਈ ਤੋਂ ਇਲਾਵਾ ਜਿਹੜੀਆਂ ਗਤੀਵਿਧੀਆਂ ਦੇ ਵਿੱਚ ਤੁਸੀਂ ਹਿੱਸਾ ਲੈਂਦੇ ਹੋ, ਭਾਵੇਂ ਉਹ ਸਪੋਰਟਸ ਹੋਵੇ, ਭਾਵੇਂ ਉਹ NCC ਹੋਵੇ, ਭਾਵੇਂ ਉਹ ਨੈਸ਼ਨਲ ਸਰਵਿਸ ਸਕੀਮ ਹੋਵੇ, ਜਾਂ ਉਹ ਸਾਇੰਸ ਨਾਲ ਸੰਬੰਧਿਤ, ਆਰਟ ਨਾਲ ਸੰਬੰਧਿਤ ਯੂਥ ਫੈਸਟੀਵਲਸ ਹੋਣ, ਬੱਚਿਆਂ ਦੀ ਸ਼ਖਸੀਅਤ ਉਸਾਰੀ ਲਈ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ, ਤੁਹਾਨੂੰ ਅਤੇ ਸਾਨੂੰ ਭਲੀ ਭਾਂਤ ਪਤਾ। ਪਰ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਕੀ ਅਸੀਂ ਅਗਲੀ ਪੀੜ੍ਹੀ ਨੂੰ ਇਹਨਾਂ ਚੀਜ਼ਾਂ ਨਾਲ ਜੋੜ ਰਹੇ ਹਾਂ, ਜਾਂ ਫਿਰ ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਸਿਰਫ ਕਿਤਾਬੀ ਕੀੜੇ ਬਣਾ ਰਹੇ ਹਾਂ। ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਸਟੂਡੀਓ 'ਚ ਉਚੇਚੇ ਤੌਰ 'ਤੇ ਹਾਜ਼ਰ ਹੋਏ ਨੇ ਡਾਕਟਰ ਅੰਜੂ ਬਜਾਜ, ਜਿਹੜੇ ਕਿ ਮੈਨੀਟੋਬਾ ਦੇ ਵਿੱਚ ਹੋਲੀ ਕ੍ਰੋਸ ਸਕੂਲ ਦੇ ਵਿੱਚ ਅਧਿਆਪਕ ਨੇ, ਸਾਇੰਸ ਪੜ੍ਹਾਉਂਦੇ ਨੇ, PhD ਕੀਤੀ ਹੋਈ ਹੈ, ਸਾਇੰਸ ਦੀਆਂ ਗਤੀਵਿਧੀਆਂ ਨਾਲ ਸੰਬੰਧ ਰੱਖਦੇ ਨੇ। ਮੈਨੀਟੋਬਾ ਸਾਇੰਸ ਟੀਚਰ ਆਫ ਦ ਈਅਰ ਅਵਾਰਡ ਜੇਤੂ ਨੇ ਅਤੇ ਕਈ ਹੋਰ ਗਤੀਵਿਧੀਆਂ ਆਪਣੇ ਪ੍ਰੋਫੈਸ਼ਨ ਦੇ ਵਿੱਚ ਅਤੇ ਆਪਣੀ ਸੁਸਾਇਟੀ ਲਈ ਕਰਦੇ ਰਹਿੰਦੇ ਨੇ। ਆਓ ਰਲ ਮਿਲ ਕੇ ਉਹਨਾਂ ਦਾ ਸਵਾਗਤ ਕਰੀਏ। ਡਾਕਟਰ ਬਜਾਜ ਜੀ, ਆਇਆਂ ਨੂੰ ਜੀ ਸਾਡੇ ਸਟੂਡੀਓ 'ਚ। ਸਤਿ ਸ਼੍ਰੀ ਅਕਾਲ, ਮੇਰੀ ਪੈਕ ਹਲਚਲ TV ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੁਸੀਂ ਜਿਹੜੀ ਅੱਜ ਗੱਲਬਾਤ ਸਾਡੇ ਨਾਲ ਕਰਨੀ ਹੈ ਜੀ, ਉਹ ਕਰਨੀ ਹੈ ਜੀ ਬਾਈਜ਼ਨ ਰੀਜਨਲ ਸਾਇੰਸ ਫੇਅਰ ਬਾਰੇ, ਜਿਹੜਾ ਕਿ ਆਉਂਦੇ ਦਿਨਾਂ ਦੇ ਵਿੱਚ ਸਾਇੰਸ ਫੇਅਰ ਲੱਗਣ ਵਾਲਾ, ਉਹਦੇ ਬਾਰੇ ਸਾਨੂੰ ਬਰੀਫ ਦੇ ਵਿੱਚ ਦੱਸੋ ਕਿ ਉਹ ਕਿਸ ਤਰ੍ਹਾਂ ਦਾ ਈਵੈਂਟ ਹੈ। ਹਾਂਜੀ, ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਜੀ, ਬਾਈਜ਼ਨ ਰੀਜਨਲ ਸਾਇੰਸ ਫੇਅਰ ਇਹ ਸਾਰੇ ਮੈਰੀਟੋਬਾ ਸਟੂਡੈਂਟਸ ਲਈ ਓਪਨ ਹੈ। ਇਹ ਮੈਰੀਟੋਬਾ ਇੰਡੀਪੈਂਡੈਂਟ ਸਕੂਲ, ਪਬਲਿਕ ਸਕੂਲ, ਕੈਥਲਿਕ ਸਕੂਲ ਇਜ਼ ਓਪਨ। Grade 4 to Grade 10 ਸਾਰੇ ਪਾਰਟੀਸਪੇਟ ਇਸ 'ਚ ਕਰ ਸਕਦੇ ਹਨ। ਇਹਦੇ ਡਿਫਰੈਂਟ ਕੈਟੇਗਰੀਜ਼ ਅਤੇ ਡੇਟਸ ਹੈਗੀਆਂ ਨੇ April 10th and 11th, ਦੋ ਡੇਟਸ ਹੈਗੀਆਂ ਨੇ। ਅਤੇ ਡਿਫਰੈਂਟ ਕੈਟੇਗਰੀਜ਼ ਹੈਲਥ ਐਂਡ ਬਾਇਓਟੈਕਨੋਲੋਜੀ, ਫਾਰਮਾਸੂਟੀਕਲ ਸਾਇੰਸਿਸ, ਪਲਾਂਟ ਸਾਇੰਸਿਸ, ਇਹ ਸਾਰੇ ਕੈਟੇਗਰੀਜ਼ 'ਚ ਪਾਰਟੀਸਪੇਟ ਕਰ ਸਕਦੇ ਹਾਂ ਜੀ। ਇਹ ਜਿਹੜਾ ਬਾਈਜ਼ਨ ਰੀਜਨਲ ਸਾਇੰਸ ਫੇਅਰ ਹੈ ਜੀ, ਇਹਦੇ ਵਿੱਚ ਤੁਸੀਂ ਕਿਹਾ ਸਟੂਡੈਂਟਸ ਲਈ ਨਾ, ਸਟੂਡੈਂਟਸ ਲਈ ਓਪਨ ਹੈ। ਸਟੂਡੈਂਟਸ ਦਾ ਮਤਲਬ ਜਿੱਥੋਂ ਤੱਕ ਮੈਂ ਸਮਝਦਾ ਕਿ ਸਕੂਲ ਸਟੂਡੈਂਟਸ, ਕਿਹੜੇ ਈਅਰ ਤੋਂ ਲੈ ਕੇ 3rd, 4th ਤੋਂ ਲੈ ਕੇ 10th ਤੱਕ ਜਾਂ 12th ਤੱਕ, ਉਹਦੇ ਬਾਰੇ ਜਾਣਕਾਰੀ ਦਿਓ ਕਿ ਕਿੰਨੀ ਉਮਰ ਦੇ ਬੱਚੇ ਇਹਦੇ 'ਚ ਪਾਰਟੀਸਪੇਟ ਕਰ ਸਕਦੇ ਆ ਅਤੇ ਕਿਵੇਂ ਕਰ ਸਕਦੇ ਆ। ਇਹ Grade 4 to Grade 10 ਲਈ ਓਪਨ ਹੈ ਜੀ। ਇਹਦਾ ਔਨਲਾਈਨ ਰਜਿਸਟ੍ਰੇਸ਼ਨ ਹੋਏਗੀ, ਤੁਸੀਂ ਬਾਈਜ਼ਨ ਰੀਜਨਲ ਸਾਇੰਸ ਫੇਅਰ ਚੈੱਕ ਕਰ ਸਕਦੇ ਹੋ ਅਤੇ ਔਨਲਾਈਨ ਰਜਿਸਟ੍ਰੇਸ਼ਨ ਪ੍ਰੋਸੈਸ ਦੇ ਥਰੂ ਕਰ ਸਕਦੇ ਹੋ। ਐਵਰੀਥਿੰਗ, ਸਾਰਾ ਕੁਝ ਉੱਥੇ ਔਨਲਾਈਨ ਇਨਫੋਰਮੇਸ਼ਨ ਹੈ ਜੀ। ਅਤੇ ਫੋਰਮ ਵੀ ਉੱਥੇ ਔਨਲਾਈਨ ਸਬਮਿਟ ਕਰ ਸਕਦੇ ਹੈ, ਫੈਕਸ ਕਰ ਸਕਦੇ, ਇਨਫੋਰਮੇਸ਼ਨ ਮੇਲ ਕਰ ਸਕਦੇ ਹੈ ਜੀ। ਸਟ੍ਰੇਟ ਫਾਰਵਰਡ ਸਾਰੀ ਇਨਫੋਰਮੇਸ਼ਨ ਹੈ। ਜੇ ਕੋਈ ਹੋਰ ਹੈਲਪ ਦੀ ਜ਼ਰੂਰਤ ਹੈ, ਮੇਰਾ ਈਮੇਲ, ਮੇਰਾ ਫੋਨ ਨੰਬਰ ਸਾਰਾ ਉੱਥੇ ਜੀ। ਦੇਖੋ, ਤੁਸੀਂ ਇਹ ਕਿਹਾ ਕਿ ਅਪ੍ਰੈਲ ਦੇ ਸ਼ੁਰੂ ਦੇ ਵਿੱਚ ਜਿਹੜਾ ਇਹ ਈਵੈਂਟ ਹੋਣਾ, ਤਾਂ ਉਹਦੀਆਂ ਲਾਸਟ ਡੇਟਸ ਹੋਣੀ ਆ ਕਿ ਕਦੋਂ ਤੱਕ ਤੁਸੀਂ ਆਪਣੇ ਨਾਂ ਰਜਿਸਟਰ ਕਰ ਸਕਦੇ ਹੋ। ਜਦੋਂ ਤੁਸੀਂ ਰਜਿਸਟਰ ਕਰਨਾ ਤਾਂ ਤੁਸੀਂ ਇੰਡੀਵਿਜੁਅਲ ਬੱਚਾ ਰਜਿਸਟਰ ਕਰ ਸਕਦਾ ਸਕੂਲ ਦੇ ਥਰੂ ਕਰ ਸਕਦਾ, ਜਾਂ ਉਹ ਐਜ਼ ਅ ਟੀਮ ਬਣਾ ਕੇ ਕਰ ਸਕਦੇ ਆ। ਜਦੋਂ ਉਹ ਕਰ ਸਕਦੇ ਆ ਤਾਂ ਕੀ ਉਹਨਾਂ ਨੂੰ ਇਹ ਦੱਸਣ ਦੀ ਜ਼ਰੂਰਤ ਹੈ ਕਿ ਕਿਹੜੇ ਪ੍ਰੋਜੈਕਟ ਦੇ ਵਿੱਚ ਉਹ ਜਾਣਾ ਚਾਹੁੰਦੇ ਆ? ਹਾਂਜੀ, ਇਹਨਾਂ ਦੀ April 5 ਜਿਹੜੀ April 5 ਲਾਸਟ ਡੇਟ ਹੈਗੀ ਡੈਡਲਾਈਨ ਸਬਮਿਸ਼ਨ ਦੀ। ਇਹ ਇੰਡੀਵਿਜੁਅਲੀ ਵੀ ਪਾਰਟੀਸਪੇਟ ਕਰ ਸਕਦੇ ਆ, ਇਹ ਗਰੁੱਪ ਵਿੱਚ ਵੀ ਪਾਰਟੀਸਪੇਟ ਕਰ ਸਕਦੇ, Team of 2, ਅਤੇ ਇਹ ਸਕੂਲ ਵੱਲੋਂ ਵੀ ਆ ਸਕਦੇ ਆ। ਜੇ ਇਨ ਕੇਸ ਹੋਮ ਸਕੂਲ ਹੈ ਤਾਂ ਹੋਮ ਸਕੂਲ ਵੱਲੋਂ ਵੀ ਆ ਸਕਦੇ। ਮੰਨ ਲਓ ਕੋਈ ਬੱਚਾ ਪਾਰਟੀਸਪੇਟ ਕਰਨਾ ਚਾਹੁੰਦਾ ਹੈ ਤੁਹਾਡੇ ਇਸ ਸਾਇੰਸ ਫੇਅਰ ਦੇ ਵਿੱਚ, ਹੈ ਨਾ, ਤਾਂ ਨੈਚੁਰਲੀ ਉਹ ਜਾਂ ਆਪਣੇ ਪੇਰੈਂਟਸ ਨਾਲ ਗੱਲ ਕਰੂਗਾ ਜਾਂ ਆਪਣੇ ਟੀਚਰਸ ਨਾਲ ਗੱਲ ਕਰੂਗਾ। ਹਾਂਜੀ, ਤਾਂ ਕੀ ਸਕੂਲਾਂ ਨੂੰ, ਭਾਵੇਂ ਉਹ ਪ੍ਰਾਈਵੇਟ ਸਕੂਲ ਨੇ, ਭਾਵੇਂ ਸਰਕਾਰੀ ਸਕੂਲ ਨੇ, ਛੋਟੇ ਸਕੂਲ ਨੇ, ਐਲੀਮੈਂਟਰੀ ਸਕੂਲ ਨੇ, ਹਾਈ ਸਕੂਲ ਨੇ, ਕੋਲੀਜੀਏਟ ਨੇ, ਕੀ ਸਾਰਿਆਂ ਨੂੰ ਇਹ ਜਾਣਕਾਰੀ ਪਹੁੰਚੀ ਹੋਈ ਹੈ? ਤਾਂ ਹਾਊ ਡੂ ਦੇ ਸਟਾਰਟ, ਹੂ ਦੇ ਕੰਟੈਕਟ, ਹੈ ਨਾ, ਕਿਵੇਂ ਰਜਿਸਟਰ ਕਰਨਾ? ਅਸੀਂ ਮੋਸਟਲੀ ਕੋਸ਼ਿਸ਼ ਕੀਤੀ ਹੈ ਕਿ ਸਾਰੇ ਸਕੂਲ ਡਿਵੀਜ਼ਨਸ ਨੂੰ ਈਮੇਲ ਪਾਉਣ ਦੀ। ਮੈਂ ਪਰਸਨਲੀ ਸਭ ਨੂੰ ਕੰਟੈਕਟ ਕੀਤਾ ਵੀ ਹੋਇਆ, ਮੈਂ ਟੀਚਰਸ ਨੂੰ ਫੋਨ ਵੀ ਕੀਤਾ ਸੀਗਾ, ਅਤੇ ਇਹਨਾਂ ਕੋਲ ਇਨਫੋਰਮੇਸ਼ਨ ਹੈ। ਜਸਟ ਇਨ ਕੇਸ, ਸੋਰੀ ਜੇ ਮੈਂ ਮਿਸ ਕਰਤਾ ਤੁਹਾਨੂੰ, ਤਾਂ ਮੇਰਾ ਈਮੇਲ ਐਡਰੈਸ bajazanregional@gmail.com ਹੈ, ਤੁਸੀਂ ਈਮੇਲ ਥਰੂ ਮੈਨੂੰ ਕੰਟੈਕਟ ਕਰ ਸਕਦੇ ਹੋ। ਮੇਰਾ ਫੋਨ ਨੰਬਰ ਵੀ ਵੈਬਸਾਈਟ 'ਤੇ ਹੈ, ਜੇ ਤੁਸੀਂ ਕੋਈ ਫੋਨ ਕਰਨਾ ਚਾਹੋ ਜਾਂ ਈਮੇਲ ਕਰਨਾ ਚਾਹੋ ਤੁਸੀਂ ਕਰ ਸਕਦੇ ਹੋ। ਦੇਖੋ, ਜਦੋਂ ਇੱਕ ਬੱਚੇ ਨੇ ਮੰਨ ਲਓ ਇਹ ਫੈਸਲਾ ਲੈ ਲਿਆ ਕਿ ਮੈਂ ਇਸ ਸਾਇੰਸ ਫੇਅਰ ਦੇ ਵਿੱਚ ਜਾਣਾ ਚਾਹੁੰਦਾ, ਤਾਂ ਉਹਨੇ ਨੈਚੁਰਲੀ ਇੱਕ ਵਿਸ਼ਾ ਚੱਕਣਾ, ਇੱਕ ਵਿਸ਼ਾ ਚੱਕਣਾ, ਉਸ ਵਿਸ਼ੇ ਦੇ ਵਿੱਚ ਕੋਈ ਪ੍ਰੋਜੈਕਟ ਬਣਾਉਣਾ, ਉਹਦੇ 'ਤੇ ਰੀਸਰਚ ਕਰਨੀ ਹੈ, ਤਾਂ ਉਹ ਸਿਸਟਮ ਕਿੱਦਾਂ ਵਰਕ ਕਰਦਾ, ਉਹ ਸਾਰੀ ਹੈਲਪ, ਉਹ ਸਾਰੀ ਮੈਂਟਰਸ਼ਿਪ, ਉਹ ਸਾਰੀ ਗਾਈਡੈਂਸ ਪੇਰੈਂਟਸ ਅਤੇ ਟੀਚਰਸ ਦੇ ਉੱਤੇ ਛੱਡੀ ਹੋਈ ਹੈ, ਜਾਂ ਜਿਹੜੀ ਤੁਹਾਡੀ ਔਰਗਨਾਈਜੇਸ਼ਨ ਹੈ ਇਹਦੇ ਵਿੱਚ ਵੀ ਕਿਸੇ ਕਿਸਮ ਦੀ ਗਾਈਡੈਂਸ ਅਵੇਲੇਬਲ ਹੈ ਕਿ ਬੱਚੇ ਜਾ ਸਕਣ? ਓਕੇ, ਸੋ ਆਪਣੇ ਜਿਹੜੇ ਬਾਈਜ਼ਨ ਰੀਜਨਲ ਸਾਇੰਸ ਫੇਅਰ ਹੈ, ਇਹਦੀਆਂ ਦੋ ਬਰੋਡ ਕੈਟੇਗਰੀਜ਼ ਹੈ ਜੀ, Grade 4 to 6 ਦੈਨ Grade 7 to 10। ਓਕੇ, ਦੋ ਕੈਟੇਗਰੀਜ਼ ਹੈ, ਪਰ ਇਹਨਾਂ ਦੇ 3 ਟਾਈਪਸ ਵਿੱਚ ਪ੍ਰੋਜੈਕਟ ਕਰ ਸਕਦੇ, ਜਿਵੇਂ ਕਿ ਐਕਸਪੈਰੀਮੈਂਟਲ,
innovation and research, three broad categories. Then subdivisions hai gyan ina di health, biotechnology and pharmaceutical. Then animal sciences, plant sciences, social sciences, like physics and engineering, and environmental sciences. A different categories nahi. To see help wale bachcha help ya ta teachers the most available nahi. Teachers help kar sakde hai kyunki a part of curriculum bhi hai. Manitoba education a cluster zero nal hai, skills and attitude nal hai. Teachers help kar sakde hai. And it should be part of their curriculum. They must promote the science and literacy because it's 21st century skills. Right. But again, parents help कर सकते हैं, अपने कई professional parents कर सकते हैं. But again, जब उन्हें कोई और mentorship की ज़रूरत है, they मैं उन्हें directly contact कर सकते हैं, and I will be more than happy to provide help. एक तो ये बड़ा सोनी term होने होने वर्ती है, जी 21st century skills. Yeah. इधर बड़े सारे दर्शकन ज़रूर दसो कि what does this mean? देखिए 21st century is all about science technology. Again, अब 21st century is mostly करते हैं science, engineering. Technology, math. STEM कह देंगे जी. STEM. Okay, here I would like to elaborate. Right? तो जी कह रहे हैं STEM. But तो जी कह रहे हैं STEM means science, technology, engineering and math. जी. But I say it's not STEM. It's a stream. STREAM. Yeah, it's a stream, right? So stream, when you say that, it's like a not only science, technology, engineering and math. So I'm adding more components. तो मैं थोड़े और component भी इसे add कर रही हूँ. जिसने कि science. Right, and T is technology, and R is a reading. That's it. Momentum. Like last month, as a reading month celebrate kita. Mm-hmm. And again, reading is very important. So I go over science, technology, reading, mm-hmm. engineering, math, and again, arts. Mm-hmm. Because arts and math is all inclusive. Mm-hmm. It's not only limited to STEM now. Science mm-hmm. is not only limited to STEM. Now it has broadened its term from STEM to stream. Mm-hmm. So it's about time to change it. So, ये जरा थोड़ा Bison Regional Science Fair है, इधे वेच जदों किसे बच्चे ने participate करना, ताँ उदा खर्चा करना, जे हैगा, ताँ वो बच्चे ने देना, school ने देना, how it works? देखो, इस registration fee $40 per student है, it's not a per project, ते एक project विच दो बच्चे participate कर सादे, it's a per student fee, but again, you know, again, असी science fair कर दे, उस $40 is minimum charge, because again on fair bachan gold silver and bronze coffee medals again sponsorship opportunities and the biggest award is canada wide science fair jada bachche jede win karde unna se free trip tande is all paid by the sponsors ji this means just paying $40 this sirf $40 deke unna is a lifetime achievement canada wide science fair jithe country the best 500 lokan nal compete karde ethe mainu eh dassyo pehla ke jada thoda eh science fair hona hai na ਇਹ ਸਾਇੰਸ ਫੇਅਰ ਮੈਨੀਟੋਬਾ ਪ੍ਰੋਵਿੰਸ਼ੀਅਲ ਲੈਵਲ ਹੈ ਜਾਂ ਵਿਨੀਪੈਗ ਪੱਧਰ ਤੇ ਹੋ ਰਿਹਾ ਨਹੀਂ ਇਹ ਪ੍ਰੋਵਿੰਸ਼ੀਅਲ ਲੈਵਲ ਦਾ ਸਾਇੰਸ ਫੇਅਰ ਹੈ ਪ੍ਰੋਵਿੰਸ਼ੀਅਲ ਲੈਵਲ ਦਾ ਇਸ ਕਰਕੇ ਸਾਡੀ ਜਿਹੜੀ ਟੀਮ ਅਸ ਬਾਇਜ਼ਨ ਮੈਨੀਟੋਬਾ ਜਿਹੜੀ ਬਣੇਗੀ ਬਾਇਜ਼ਨ ਟੀਮ ਇਹ ਰਿਪ੍ਰੈਜ਼ੈਂਟ ਕਰੇਗੀ ਟੀਮ ਮੈਨੀਟੋਬਾ ਇਹ ਟੀਮ ਮੈਨੀਟੋਬਾ ਕੈਨੇਡਾ ਵਾਈਡ ਸਾਇੰਸ ਫੇਅਰ ਜਾਏਗੀ ਲਾਈਕ ਇਸ ਸਾਲ ਸਾਡਾ ਮੇ 11 ਤੋਂ 17 ਮੇ 11 ਤੋਂ 17 ਇਹ ਨਿਊ ਬ੍ਰੰਸਵਿਕ ਫਰੈਡਰਿਕਟਨ ਹੈ ਓਕੇ ਰਾਈਟ ਸਿਰਫ ਸਾਡੇ ਸਕੂਲ ਇਸ ਵਿੱਚ ਪਾਰਟਿਸਿਪੇਟ ਕਰਕੇ ਜਿਹੜੇ ਸ਼ਾਰਟ ਲਿਸਟਡ ਟਾਪ 3 ਬੱਚੇ ਹੋਣਗੇ ਉਹ ਕੈਨੇਡਾ ਵਾਈਡ ਸਾਇੰਸ ਫੇਅਰ ਬੱਚੇ ਜਾਣਗੇ ਜੀ ਇਹ ਸਾਰਾ ਟ੍ਰਿਪ ਫ੍ਰੀ ਹੈ ਬੱਚਿਆਂ ਨੂੰ ਐਵਰੀਥਿੰਗ ਇਜ਼ ਪੇਡ ਬਾਈ ਸਪਾਂਸਰਸ ਜੀ ਤੁਸੀਂ ਇਹਦੇ ਵਿੱਚ ਫੋਰ ਐਗਜ਼ਾਮਪਲ ਕਿ 100 ਬੱਚਾ ਪਾਰਟਿਸਿਪੇਟ ਕਰਦਾ ਸਾਰੇ ਮੈਨੀਟੋਬਾ ਦੇ ਵਿੱਚੋਂ ਅਡਲਟ ਏਜ ਕੈਟੇਗਰੀਜ਼ ਨੇ ਫਿਰ ਤੁਸੀਂ ਤਿੰਨ ਚਾਰ ਕੈਟੇਗਰੀਜ਼ ਦੱਸੀਆਂ ਨੇ ਵੀ ਇਨਵਾਇਰਨਮੈਂਟ ਹੈ ਜਾਂ ਪਲਾਂਟ ਸਾਇੰਸਿਸ ਹੈ ਜਾਂ ਸਾਇੰਸ ਹੈ ਜਾਂ ਇਸ ਤਰ੍ਹਾਂ ਦੇ ਜਿਹੜੇ ਫੀਲਡਸ ਨੇ ਹੈ ਨਾ ਤਾਂ ਕਿੰਨੇ ਕੁ ਬੱਚੇ ਮੈਨੀਟੋਬਾ ਦੇ ਵਿੱਚੋਂ ਕਿੰਨੀਆਂ ਟੀਮਾਂ ਜਾਂ ਕਿੰਨੇ ਬੱਚੇ ਨੇ ਜਿਹੜੇ ਨਿਊ ਬ੍ਰੰਸਵਿਕ ਜਾਣਗੇ ਇਹਨਾਂ 'ਚੋਂ ਅਸੀਂ ਟੋਪ 3 ਚੂਜ਼ ਕਰਨੇ ਨੇ ਲਾਈਕ ਲਾਸਟ ਈਅਰ ਮੇਰੇ ਕੋਲ 13 ਸਕੂਲਾਂ ਨੇ ਪਾਰਟੀਸਪੇਟ ਕੀਤਾ ਸੀਗਾ 13 ਡਿਫਰੈਂਟ ਸਕੂਲਸ ਨੇ ਮੇਰੇ ਕੋਲ 177 ਲਾਈਕ ਟੂ ਬੀ ਪ੍ਰੀਸਾਈਜ਼ 177 ਪ੍ਰੋਜੈਕਟ ਸੀ ਫਿਰ ਉਹਨਾਂ ਦਾ ਫਸਟ ਰਾਊਂਡ ਜਜਿੰਗ ਲਾਈਕ ਸਾਡਾ ਇਹ ਤਿੰਨ ਦਿਨ ਦਾ ਪ੍ਰੋਸੈਸ ਹੁੰਦਾ ਹੈ ਫਸਟਲੀ ਅਪ੍ਰੈਲ 9th ਇਸੇ ਹੋਲੀ ਕ੍ਰੋਸ ਸਕੂਲ ਸਾਇੰਸ ਫੇਅਰ ਜੀ ਰਾਈਟ ਫਿਰ ਹੋਲੀ ਕ੍ਰੋਸ ਸਕੂਲ ਦੇ ਜਿਹੜੇ ਸ਼ਾਰਟ ਲਿਸਟਡ ਬੱਚੇ ਹੈ ਉਸ ਤੋਂ 10 ਤੋਂ 12 ਬੱਚੇ ਪਾਰਟੀਸਪੇਟ ਕਰਦੇ ਹੈ ਉਸੇ ਤਰ੍ਹਾਂ ਹੀ ਬਾਕੀ ਸਕੂਲਾਂ ਦੇ ਵਿੱਚ ਵੀ ਸਾਇੰਸ ਫੇਅਰ ਹੁੰਦਾ ਹੈ ਉਹ ਆਪਣੀਆਂ ਟੀਮਸ ਭੇਜਦੇ ਆ ਸਾਡੇ ਸਕੂਲ ਸੇ ਉਹ 10th ਨੂੰ ਅਪ੍ਰੈਲ 10th ਨੂੰ ਗ੍ਰੇਡ 4 ਟੂ 6 ਦਾ ਓਨਲੀ ਗ੍ਰੇਡ 4 ਟੂ 6 ਆਪਣੇ ਸਾਇੰਸ ਫੇਅਰ ਕਰਦੇ ਆ ਜੀ ਪਰ ਕੈਨੇਡਾ ਵਾਈਡਲੀ ਗ੍ਰੇਡ 7 ਆਨਵਰਡਸ ਐਲੀਜੀਬਲ ਹੈ ਸੋ ਗ੍ਰੇਡ 7 ਵਾਲੇ ਅਪ੍ਰੈਲ 10th ਨੂੰ ਆ ਕੇ ਸੈਟਅਪ ਕਰਦੇ ਆ ਉਹਨਾਂ ਦਾ ਸੇਫਟੀ ਚੈੱਕਅਪ ਐਥਿਕਸ ਅਪਰੂਵਲ ਪੀਅਰ ਪ੍ਰੈਜੈਂਟੇਸ਼ਨ ਸ਼ਾਮ ਨੂੰ ਨਾ ਈਵਨਿੰਗ 'ਚ ਹੁੰਦਾ ਫਿਰ ਜੱਜਿਸ ਓਰੀਐਂਟੇਸ਼ਨ ਐਵਰੀਥਿੰਗ ਇਨ ਦਾ ਈਵਨਿੰਗ ਅਤੇ 11th ਨੂੰ ਉਹਨਾਂ ਦੀ ਪੂਰੀ ਜੱਜਿੰਗ ਹੁੰਦੀ ਹੈ ਫਸਟ ਰਾਊਂਡ ਆਫ ਜੱਜਿੰਗ
then second round judging, third round judging, aur sare processing karke top 3 choose karde. So top 3 jo tusi kehne ho ta top 3 student ja top 3 project, je har project de vich do bacche hai ta fir oh 6 bacche jaange New Brunswick. Main 3 students. Three students. We encourage them. ਜਿਹੜੇ ਬੱਚੇ ਨਿਊ ਬ੍ਰੰਜ਼ਵਿਕ ਤੋਂ ਜਿੱਤ ਜਾਂਦੇ ਜਿਹੜਾ ਆਈ ਅਸਿਊਮ ਕਿ ਉਹ ਨੈਸ਼ਨਲ ਲੈਵਲ ਦਾ ਹੋਊਗਾ ਉੱਥੇ ਸਾਰੀਆਂ ਪ੍ਰੋਵਿੰਸਸ ਤੋਂ ਬੱਚੇ ਆਉਣਗੇ ਤਾਂ ਉਹ ਜਿਹੜਾ ਲਾਸਟ ਲੈਵਲ ਹੈ ਜੀ ਕੈਨੇਡਾ ਵਾਈਡ ਇਸ ਸਾਲ ਫ੍ਰੈਡਰਿਕਟਨ ਨਿਊ ਬ੍ਰੰਜ਼ਵਿਕ 11 ਮਈ ਤੋਂ 17 ਮਈ ਹੋ ਰਿਹਾ ਤੇ ਜਿਹੜੇ ਉੱਥੋਂ ਆਪਣੇ ਸਾਰੀਆਂ ਪ੍ਰੋਵਿੰਸਸ ਨਾਲ ਕੰਪੀਟ ਕਰਦੇ ਆ ਉੱਥੇ ਕੱਲੀ ਆਪਣੀ ਟੀਮ ਮੈਨੀਟੋਬਾ ਨਹੀਂ ਉੱਥੇ ਟੀਮ ਬੀਸੀ ਵੀ ਹੈ ਉੱਥੇ ਟੀਮ ਐਡਮਿੰਟਨ ਵੀ ਹੈ ਉੱਥੇ ਸਾਰੀਆਂ ਪ੍ਰੋਵਿੰਸਸ ਦੇ ਬੱਚੇ ਹੈ ਜਿਹੜੇ ਕੰਟਰੀ ਦੇ ਬੈਸਟ 500 ਬੱਚੇ ਪਾਰਟਿਸਪੇਟ ਕਰਦੇ ਆ ਤੇ ਉਹਨਾਂ ਨੂੰ ਕੈਸ਼ 1 ਮਿਲੀਅਨ ਪ੍ਰਾਈਜ਼ਸ and sunny scholarships opportunities it's like bahut vadda platform it's like a lifetime achievement ji lifetime de jehde bacche utthe kor chale jande never going to look back yeah meri ehi hope hai ki jehde apne bacche participate karan ji te jehda apna talent hai apni province vich hi rahe is karke main science nu promote karna chahni hai ki apne province grow kare ji 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 ਜਿਹੜੇ ਇਕਨੋਮਿਕ ਅਵਾਰਡ ਤੁਸੀਂ ਬੜੇ ਦੱਸੇ ਨੇ ਜਿਵੇਂ 1 ਮਿਲੀਅਨ ਯਾਨੀ ਕਿ ਮੰਨ ਲਓ ਉੱਥੋਂ 50 100 200 400 ਬੱਚੇ ਜਿੰਨੇ ਵੀ ਮਤਲਬ ਜਿਹੜੇ ਵਿਨਰਸ ਨੇ ਉਹਨਾਂ ਦੇ ਵਿੱਚ ਮਤਲਬ ਇਸ ਲੈਵਲ ਦਾ ਉਹ ਵੰਡਿਆ ਜਾਣਾ ਤੇ ਨਾਲੋਂ ਨਾਲ ਜਿਹੜੀ ਲਰਨਿੰਗ ਹੈ ਉਹ ਤਾਂ ਅਵਾਰਡ ਹੈ ਹੀ ਲਰਨਿੰਗ ਯਾ ਲਰਨਿੰਗ ਜਿਹੜੀ ਇਨ ਵਰਡ ਹੈਗੇ ਬਹੁਤ ਜ਼ਿਆਦਾ ਅਨਲਿਮਿਟਡ ਲਰਨਿੰਗ ਰਾਈਟ ਜਿਹੜੇ ਬਾਕੀ ਪੀਅਰਸ ਤੋਂ ਸਿੱਖਦੇ ਆ ਪੂਰਾ 1 ਵੀਕ ਟ੍ਰਿਪ ਹੈ ਉਹਨਾਂ ਨੂੰ ਕੱਲਾ ਜਜਿੰਗ ਹੋ ਗਿਆ ਬਾਕੀ ਮਿਊਜ਼ੀਅਮ ਟ੍ਰਿਪਸ ਲੈਬ ਟ੍ਰਿਪ ਲੈ ਕੇ ਜਾਂਦੇ ਆ ਜੀ ਜਿਹੜਾ 1 ਟੂ 1 ਉੱਥੇ ਪ੍ਰੋਫੈਸਰ ਨਾਲ ਕਲਾਸ ਸੀ ਅਸੀਂ ਆਟਵਾ ਗਏ ਸੀ ਤੁਸੀਂ ਸੋਚ ਸਕਦੇ ਕਿ ਇੱਕ 12 ਸਾਲ ਦਾ ਬੱਚਾ ਜਦੋਂ ਸਾਇੰਸ ਫੇਅਰ ਜਸਟਿਨ ਟਰੂਡੋ ਉੱਥੇ ਜਾ ਕੇ ਪ੍ਰੈਜ਼ੈਂਟ ਕਰਦੇ ਤੇ ਪਾਰਲੀਮੈਂਟ ਹਿੱਲ ਵਿੱਚ ਜਾ ਕੇ ਪ੍ਰੈਜ਼ੈਂਟ ਕਰਦੇ ਉਹਦੇ ਲਈ ਅਗੇਨ ਲਾਈਫ ਟਾਈਮ ਅਚੀਵਮੈਂਟ ਇਹ ਬੱਚੇ ਮੈਨੂੰ ਆਨਰ ਦਿੰਦੇ ਆ ਕਿ ਨਹੀਂ ਸਿਰਫ ਬੱਚਿਆਂ ਦੇ ਬਿਹਾਫ ਤੇ ਮੈਨੂੰ ਓਪਰਚੁਨਿਟੀ ਮਿਲੀ ਜੀ ਉੱਥੇ ਜਾਣ ਦੀ ਐਂ ਦੇਖੋ ਮੈਂ ਇਹ ਮਹਿਸੂਸ ਕੀਤਾ ਜਦੋਂ ਮੈਂ ਯੂਨੀਵਰਸਿਟੀ ਪੜ੍ਹਦਾ ਸੀ ਨਾ ਚਲੋ ਅਸੀਂ ਯੂਥ ਫੈਸਟੀਵਲਸ ਦੇ ਵਿੱਚ ਪਾਰਟਿਸਿਪੇਟ ਕਰਦੇ ਸੀ ਸਾਡੇ ਕਈ ਟੀਚਰ ਜਿਹੜੇ ਇਸ ਤਰ੍ਹਾਂ ਦੇ ਹੁੰਦੇ ਸੀ ਸਾਨੂੰ ਪਤਾ ਲੱਗਦਾ ਸੀ ਵੀ ਇਹ ਟੀਚਰ ਇਸ ਤਰ੍ਹਾਂ ਦਾ ਹੈ ਪਰ ਇਹ ਜਦੋਂ ਸਾਡੀ ਉਮਰ ਦਾ ਹੁੰਦਾ ਸੀ ਉਦੋਂ ਇਹ ਜਾਂ ਭਲਵਾਨੀ ਕਰਦਾ ਸੀ ਜਾਂ ਕਬੱਡੀ ਖੇਡਦਾ ਸੀ ਜਾਂ ਹਾਕੀ ਦਾ ਬੜਾ ਵਧੀਆ ਪਲੇਅਰ ਸੀ ਹੈ ਨਾ ਜਾਂ ਸਾਈਕਲਿੰਗ ਕਰਦਾ ਸੀ ਤਾਂ ਯੂ ਕੈਨ ਟੈਲ ਦ ਡਿਫਰੈਂਸ ਇੱਕ ਕਿਤਾਬੀ ਅਧਿਆਪਕ ਹੁੰਦਾ ਜਿਹਨੇ ਯਾਦ ਕਰਕੇ ਤੁਹਾਨੂੰ ਪੜ੍ਹਾਉਣਾ ਹੈ ਨਾ ਇੱਕ ਆਲੇ ਦੁਆਲੇ ਪਾਰਟੀਸਪੇਟ ਕਰਨ ਵਾਲਾ ਘੁੰਮਿਆ ਫਿਰਿਆ ਅਧਿਆਪਕ ਹੁੰਦਾ ਦੋਨਾਂ ਦੀ ਪਰਸਨੈਲਿਟੀ ਦੇ ਵਿੱਚ ਫਰਕ ਹੁੰਦਾ ਹੁਣ ਜਿਹੜੀ ਆਪਾਂ ਬੱਚਿਆਂ ਦੀ ਗੱਲ ਕਰ ਰਹੇ ਹਾਂ ਕਿ ਅਗਲੀ ਜਨਰੇਸ਼ਨ ਨੂੰ ਅਸੀਂ ਕਿਹੜੇ ਪਾਸੇ ਨੂੰ ਤੋਰਨਾ ਅਤੇ ਕਿੱਦਾਂ ਦੇ ਲੀਡਰ ਬਣਾਉਣਾ ਠੀਕ ਹੈ ਜੀ ਉਹਦੇ ਬਾਰੇ ਤੁਹਾਡੇ ਕੀ ਕਮੈਂਟਸ ਨੇ ਪੇਰੈਂਟਸ ਨੂੰ ਕੀ ਕਹਿਣਾ ਚਾਹੋਗੇ ਆਈ ਥਿੰਕ ਪੇਰੈਂਟਸ ਲੈ ਕੇ ਪ੍ਰੋਵਾਈਡ ਕਰ ਸਕਦੇ ਓਪਰਚੁਨਿਟੀਜ਼ ਪ੍ਰੋਵਾਈਡ ਕਰ ਸਕਦੇ ਆ ਪੇਰੈਂਟਸ ਦਾ ਫਰਜ਼ ਬਣਦਾ ਹੈ ਕਿ ਵੱਧ ਤੋਂ ਵੱਧ ਸਕੂਲ ਨਾਲ ਇਨਵੋਲਵ ਹੋਣ ਜਿੰਨਾ ਆਈ ਨੋ ਕਿ ਸਾਰੇ ਆਪਾਂ ਇਸ ਐਜ਼ ਇਮੀਗ੍ਰੈਂਟ ਆਪਾਂ ਇੱਥੇ ਬਹੁਤ ਬਿਜ਼ੀ ਲਾਈਫ ਕਰਦੇ ਹਾਂ ਪਰ ਅਗੇਨ ਜਿੰਨਾ ਮੈਕਸੀਮਮ ਹੋ ਸਕਦਾ ਸਕੂਲ ਨਾਲ ਇਨਵੋਲਵ ਹੋ ਟੀਚਰ ਨੂੰ ਪੁੱਛੋ ਕੋਈ ਵਲੰਟੀਅਰ ਆਵਰਸ ਵੀ ਕਰੋ ਤੁਸੀਂ ਆਪਣੇ ਜਿੰਨਾ ਮੈਕਸੀਮਮ ਹੋ ਸਕਦਾ ਇਨਵੋਲਵ ਕਰੋ ਉਹਨਾਂ ਨਾਲ ਬੱਚੇ ਦੀ ਪ੍ਰੋਗਰੈਸ ਚੈੱਕ ਕਰੋ ਬੱਚੇ ਨਾਲ ਟਾਈਮ ਕੱਢੋ ਉਹਦਾ ਇੰਟਰਸਟ ਦੇਖੋ ਜ਼ਰੂਰੀ ਨਹੀਂ ਕਿ ਸਾਇੰਸ ਐਂਡ ਟੈਕਨੋਲੋਜੀ ਜੋ ਵੀ ਇੰਟਰਸਟ ਹੈ ਬੱਚੇ ਨਾਲ ਟਾਈਮ ਕੱਢਣਾ ਬਹੁਤ ਜ਼ਰੂਰੀ ਹੈ ਜਿਹੜੇ ਬੱਚੇ ਪਾਰਟਿਸਿਪੇਟ ਕਰਦੇ ਨੇ ਮੰਨ ਲਓ ਕੋਈ ਕੈਨੇਡਾ ਲੈਵਲ ਦਾ ਜਿਹੜਾ ਬ੍ਰੰਜ਼ਵਿਕ ਹੋ ਰਿਹਾ ਨਿਊ ਬ੍ਰੰਜ਼ਵਿਕ ਹੋ ਰਿਹਾ ਉਹਦੇ 'ਚ ਕੋਈ ਬੱਚਾ ਜਿੱਤ ਗਿਆ ਇਸ ਤਰ੍ਹਾਂ ਦੀਆਂ ਅਚੀਵਮੈਂਟਸ ਬੱਚੇ ਦੀ ਐਕਡੈਮਿਕ ਲਾਈਫ ਦੇ ਵਿੱਚ ਯੂਨੀਵਰਸਿਟੀ ਐਡਮਿਸ਼ਨ ਦੇ ਵਿੱਚ ਜਾਂ ਉਹਦੇ ਕਰੀਅਰ ਦੇ ਵਿੱਚ ਕਿੰਨੀਆਂ ਕੁ ਹੈਲਪਫੁਲ ਹੁੰਦੀਆਂ ਨੇ ਅਤੇ ਕਿਵੇਂ ਹੁੰਦੀਆਂ ਨੇ ਇਹਨਾਂ ਲਈ ਐਕਸਟ੍ਰੀਮਲੀ ਹੈਲਪਫੁਲ ਜਿਹੜੀਆਂ ਇਹ ਐਕਡੈਮਿਕਸ ਫਸਟ ਆਫ ਆਲ ਕੌਨਫੀਡੈਂਸ ਜਿਹੜਾ ਕੌਨਫੀਡੈਂਸ ਆਉਂਦਾ ਜਿਹੜਾ ਕਿ ਲਾਈਫ ਟਾਈਮ ਅਚੀਵਮੈਂਟ ਉਹਨਾਂ ਦਾ ਬੱਚਾ 'ਚ ਕੌਨਫੀਡੈਂਸ ਡਿਵੈਲਪ ਹੁੰਦਾ ਹੈ ਸਕਿੱਲਸ ਐਟੀਟਿਊਡਸ ਡਿਵੈਲਪ ਹੁੰਦੇ ਨੇ ਰਾਈਟ ਅਤੇ ਜਿਹੜੇ ਕੋਈ ਬੱਚੇ ਮੈਡੀਸਨ ਫੀਲਡ ਵਿੱਚ ਜਾਣਾ ਚਾਹੁੰਦਾ ਉੱਥੇ ਉਹਨਾਂ ਦੀ ਐਪਲੀਕੇਸ਼ਨ 'ਚ ਸਪੈਸੀਫਿਕਲੀ ਲਿਖਿਆ ਹੁੰਦਾ ਕਿ ਤੁਹਾਡੇ ਕੀ ਵਾਲੰਟੀਅਰ ਤੁਹਾਡੇ ਕੀ ਤੁਸੀਂ ਸਕਿੱਲਸ ਕੀਤੀਆਂ ਕਿੰਨੇ ਸੋਸ਼ਲ ਸਕਿੱਲਸ ਅਵਾਰਡਸ ਇਹਨਾਂ ਦਾ ਲੰਗ ਇਹਨਾਂ ਦੀ ਕੈਟੇਗਰੀ ਹੁੰਦੀ ਹੈ ਤੋ ਇੱਥੇ ਉਹਨਾਂ ਨੂੰ ਬਹੁਤ ਜ਼ਿਆਦਾ ਹੈਲਪਫੁਲ ਹੁੰਦੀ ਹੈ ਅਤੇ ਇਹ ਹਿਸਟੋਰੀਕਲੀ ਅਸੀਂ ਦੇਖਿਆ ਕਿ ਜਿਹੜੇ ਬੱਚੇ ਉੱਥੇ ਪਾਰਟੀਸਪੇਟ ਕਰਦੇ ਆ
ਉਹ ਆਪਣੇ ਫਿਊਚਰ ਵਿੱਚ ਵੀ, ਉਹ ਇਕੱਲੇ ਆਪਣੇ ਲਈ ਨਹੀਂ, ਆਪਣੇ ਬ੍ਰਦਰ ਸਿਸਟਰ ਅਤੇ ਆਪਣੇ ਨੇਬਰਹੁੱਡ ਸਭ ਨੂੰ ਮੋਟੀਵੇਟ ਕਰਦੇ, ਸਭ ਨੂੰ ਪ੍ਰਮੋਟ ਕਰਦੇ ਆ, ਰੋਲ ਮਾਡਲ ਬਣਦੇ, ਰੋਲ ਮਾਡਲ ਬਣਦੇ, ਦੈਟਸ ਰਾਈਟ, ਰੋਲ ਮਾਡਲ ਬਣਦੇ, ਕਿਸੇ ਦਾ ਆਦਰਸ਼ ਬਣਨਾ ਜਾਂ ਆਦਰਸ਼ ਪੈਦਾ ਕਰਨੇ ਆਪਣੀ ਕਮਿਊਨਿਟੀ ਲਈ, ਆਪਣੇ ਭੈਣਾਂ ਭਰਾਵਾਂ ਲਈ, ਆਪਣੇ ਜੂਨੀਅਰਸ ਲਈ, ਆਪਣੀ ਅਗਲੀ ਜਨਰੇਸ਼ਨ ਲਈ ਆਦਰਸ਼ ਬਣਨਾ, ਮੇਰਾ ਖਿਆਲ ਉਹ ਵੀ ਸਾਡੀ ਇੱਕ ਸੋਸ਼ਲ ਜ਼ਿੰਮੇਵਾਰੀ ਬਣ ਜਾਂਦੀ ਹੈ। ਹੁਣ ਗੱਲ ਇੱਕ ਜਿਹੜੀ ਕਰਨ ਵਾਲੀ ਆ, ਕਮਿਊਨਿਟੀ ਦੀ ਗੱਲ ਕਰਨ ਵਾਲੀ ਆ, ਤੁਸੀਂ ਸਾਇੰਸ ਨਾਲ ਜੁੜੇ ਹੋਏ ਹੋ, ਤੁਸੀਂ ਸਾਇੰਸ ਫੇਅਰ ਕਰਵਾਉਣੇ ਹੋ, ਆਪ ਬੜੇ ਤੁਸੀਂ ਅਵਾਰਡ ਜਿੱਤੇ ਨੇ, ਹੈ ਨਾ, PhD ਕੀਤੀ ਹੈ, ਤੁਸੀਂ ਇਹ ਦੱਸੋ ਕਿ ਮੈਨੀਟੋਬਾ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ, ਸਾਡੀ ਕਮਿਊਨਿਟੀ ਦੇ ਬੱਚੇ ਇਸ ਫੀਲਡ ਦੇ ਵਿੱਚ ਅਗਾਂਹ ਨੇ ਕਿ ਪਿੱਛੇ ਨੇ? ਐਕਚੁਅਲੀ ਮੈਂ ਰੀਅਲੀ ਪ੍ਰਾਊਡ ਫੀਲ ਕਰਦੀ ਕਿ ਆਪਣੇ ਬੱਚੇ ਬਹੁਤ ਵਧੀਆ ਕਰ ਰਹੇ ਨੇ, ਬਹੁਤ ਵਧੀਆ ਕਰ ਰਹੇ ਨੇ, ਇਹਨਾਂ ਨੂੰ ਹੋਰ ਵਧੀਆ ਵੀ ਕਰਨਾ ਚਾਹੀਦਾ। ਆਪਣੇ ਪੇਰੈਂਟਸ ਪੁਸ਼ ਕਰਦੇ ਨੇ, ਮੈਂ ਦੇਖਿਆ, ਕਿਉਂਕਿ ਲਾਸਟ ਟਾਈਮ ਮੈਂ ਲੈ ਕੇ ਗਈ ਸੀ ਦੋ ਗਰਲਸ ਸੀਗੀਆਂ, ਪਰ ਅੱਗੇ ਥੋੜ੍ਹੀ ਜਿਹੀ ਹੋਰ ਐਫਰਟ ਦੀ ਲੋੜ ਆ ਆਪਾਂ ਨੂੰ। ਮੈਨੂੰ ਲੱਗਦਾ ਕਿ ਥੋੜ੍ਹਾ ਜਿਹਾ ਕਈ ਵਾਰ ਆਪਾਂ ਲੈਂਗੁਏਜ ਬੈਰੀਅਰ ਵੀ ਹੋ ਜਾਂਦਾ, ਥੋੜ੍ਹੇ ਜਿਹਾ ਆਪਾਂ ਵੈਸੇ ਹੀ ਹੈਜ਼ੀਟੈਂਟ ਹੋ ਜਾਂਦੇ ਹਾਂ, ਪਰ ਨਹੀਂ, ਇਟਸ ਅਬਾਊਟ ਟਾਈਮ ਕਿ ਆਪਾਂ ਨੂੰ ਬਹੁਤ ਜ਼ਿਆਦਾ ਨੌਲੇਜ ਹੈ, ਬਹੁਤ ਇਨਫੋਰਮੇਸ਼ਨ ਹੈ, ਆਪਾਂ ਬਹੁਤ ਇੰਟੈਲੀਜੈਂਟ ਲੋਕ ਹੈ, ਆਪਾਂ ਮਿਹਨਤੀ ਵੀ ਬਹੁਤ ਹੈ, ਆਪਾਂ ਮਿਹਨਤ ਕਰਨ ਤੋਂ ਹੈਜ਼ੀਟੈਂਟ ਨਹੀਂ ਕਰਦੇ, ਰਾਈਟ? ਇਸ ਕਰਕੇ ਥੋੜ੍ਹਾ ਜਿਹਾ ਟਾਈਮ ਹੈ, ਹੋਰ ਉਹਨਾਂ ਨਾਲ ਲੱਗੋ, ਪਰ ਆਪਾਂ ਦੇ ਦੇਖਿਆ ਜਾਵੇ ਆਪਾਂ ਹੋਰ ਇੰਪਰੂਵ ਕਰ ਸਕਦੇ ਹਾਂ। ਮੈਂ ਨਹੀਂ ਕਿਉਂਕਿ ਬਹੁਤ ਪਿੱਛੇ ਹੈ, ਪਰ ਆਪਣੇ ਕੋਲ ਜਿਹੜਾ ਟੈਲੈਂਟ ਹੈ ਆਪਾਂ ਉਹਨੂੰ ਹੋਰ ਯੂਜ਼ ਕਰ ਸਕਦੇ ਹਾਂ ਜੀ। ਮਿੱਤਰ ਪਿਆਰੇ, ਅਗਲੀ ਪੀੜ੍ਹੀ ਤੋਂ ਬਹੁਤ ਆਸਾਨ ਹੈ, ਅਸੀਂ ਆਪਣੇ ਵੱਖ ਵੱਖ ਫੀਲਡਸ ਦੇ ਵਿੱਚ, ਈਵਨ ਰਾਜਨੀਤੀ ਤੱਕ ਆਟਵਾ ਪਹੁੰਚ ਗਏ, ਅਸੀਂ MP ਬਣ ਗਏ ਹਾਂ, MLA ਬਣ ਗਏ ਹਾਂ, ਬਣ ਰਹੇ ਹਾਂ, ਲੀਡਰਸ਼ਿਪ ਦੇ ਵਿੱਚ ਬਥੇਰੇ ਹਾਂ ਅਸੀਂ, ਅਸੀਂ ਸੋਸ਼ਲ ਗਤੀਵਿਧੀਆਂ, ਕਲਚਰਲ ਗਤੀਵਿਧੀਆਂ, ਅਸੀਂ ਜਿਹੜੇ ਸਾਡੇ ਗਵੰਤਰੀ ਨੇ ਉਹਨਾਂ ਦੇ ਸ਼ੋਅ ਅਸੀਂ ਬਥੇਰੇ ਕਰਾਉਂਦੇ ਹਾਂ, ਅਸੀਂ ਕਬੱਡੀ ਟੂਰਨਾਮੈਂਟ ਬਥੇਰੇ ਕਰਾਉਂਦੇ ਹਾਂ, ਪਰ ਲੋੜ ਇਹ ਹੈ ਕਿ ਅਸੀਂ ਆਪਣੀ ਅਗਲੀ ਜਨਰੇਸ਼ਨ 'ਚੋਂ ਵਕੀਲ ਬਣਾਈਏ, ਡਾਕਟਰ ਬਣਾਈਏ, ਸਾਇੰਟਿਸਟ ਬਣਾਈਏ, ਲੀਡਰ ਪੈਦਾ ਕਰੀਏ, ਤਾਂ ਕਿ ਅਸੀਂ ਇਸ ਡਾਈਵਰਸ ਮੁਲਕ ਦੇ ਵਿੱਚ, ਜਿਹੜਾ ਭਿੰਨਤਾ ਭਰਿਆ ਦੇਸ਼ ਹੈ, ਉਹਦੇ ਵਿੱਚ ਆਪਣੇ ਭਾਈਚਾਰੇ ਦਾ, ਆਪਣੇ ਬੱਚਿਆਂ ਦਾ ਜਿਹੜਾ ਭਵਿੱਖ ਸਿਕਿਓਰ ਕਰ ਸਕੀਏ, ਅਤੇ ਦੱਸ ਸਕੀਏ ਕਿ ਸਾਡੇ 'ਚ ਕਿੰਨੀ ਐਨਰਜੀ ਹੈ, ਸਾਡੇ 'ਚ ਕਿੰਨੀ ਕੈਪੇਬਿਲਿਟੀ ਹੈ, ਸਾਡੇ ਵਿੱਚ ਕਿੰਨੇ ਗੁਰ ਨੇ, ਕਿੰਨੇ ਸਕਿੱਲ ਨੇ। ਸੋ ਫਰੈਂਡਸ, ਵੀ ਹੈਵ ਡਾਕਟਰ ਅੰਜੂ ਬਜਾਜ ਵਿਦ ਅਸ ਟਾਕਿੰਗ ਅਬਾਊਟ ਰੀਜਨਲ Bison Regional Science Fair to be held in early April, and applications are on and deadline is April 5th. You can go to the website, Google it, and you can contact your teachers, because this information has been sent to all school divisions, and you can use your teachers or parents as mentors to participate in this event, and which leads to a national competition which is being held in New Brunswick in May. So this is a very good opportunity for your kids to grow and express their skills in science and technology and related fields. ਜਿਸ ਤਰ੍ਹਾਂ ਦੇ ਇਵੈਂਟ ਤੁਸੀਂ ਦੱਸ ਰਹੇ ਹੋ ਜੀ, ਸਾਇੰਸ ਫੇਅਰ ਹੈ ਨਾ, ਇਸ ਤਰ੍ਹਾਂ ਦੇ ਕੁਝ ਹੋਰ ਪ੍ਰੋਜੈਕਟ ਜਿੱਥੇ ਬੱਚੇ ਆਪਣੇ ਸਕਿੱਲ ਡਿਵੈਲਪ ਕਰ ਸਕਦੇ ਆ, ਜਿੱਥੇ ਕੋਕਰੀਕੁਲਰ ਐਕਟੀਵਿਟੀਜ਼ ਜਾਂ ਅਕੈਡੈਮਿਕ ਐਕਟੀਵਿਟੀਜ਼ ਦੇ ਵਿੱਚ ਆਪਣੇ ਆਪ ਨੂੰ ਐਕਸਪਲੋਰ ਕਰ ਸਕਦੇ ਆ, ਜਾਂ ਦੁਨੀਆ ਨੂੰ ਐਕਸਪਲੋਰ ਕਰ ਸਕਦੇ ਆ, ਹੋਰ ਕਿਸ ਤਰ੍ਹਾਂ ਦੇ ਪ੍ਰੋਜੈਕਟ ਤੁਸੀਂ ਆਪਣੇ ਸਕੂਲ ਦੇ ਵਿੱਚ ਜਾਂ ਹੋਰ ਮੈਨੀਟੋਬਾ ਜਿਹੜੇ ਸਕੂਲਸ ਨੇ ਉਹਨਾਂ ਦੇ ਵਿੱਚ ਹੈਂਡਲ ਕਰ ਰਹੇ ਹੋ? ਐਕਚੁਲੀ ਮੈਂ ਹੁਣ ਤੱਕ ਤਾਂ ਆਪਣੇ ਸਕੂਲ 'ਤੇ ਹੀ ਹੈਂਡਲ ਕਰਦੀ ਹਾਂ, ਲਾਈਕ ਮੇਰੇ ਸਕੂਲ ਵਿੱਚ ਸਾਇੰਸ ਕਲੱਬ ਹੈ, ਇਹ ਆਫਟਰ ਸਕੂਲ ਐਕਟੀਵਿਟੀ ਹੈ, ਲਾਈਕ ਮੰਡੇਜ਼ ਐਂਡ ਥਰਸਡੇ ਅਸੀਂ ਆਫਟਰ ਸਕੂਲ ਮਿਲਦੇ ਹਾਂ, ਔਰ ਮੇਰੇ ਕੋਲ ਰੋਬੋਟਿਕਸ ਕਲੱਬ ਵੀ ਹੈ ਜਿਸ ਅਸੀਂ ਕੰਪੀਟ ਕਰਦੇ ਹਾਂ, ਮੈਨੀਟੋਬਾ ਰੋਬੋਟਿਕਸ ਗੇਮ ਵਿੱਚ ਕਰਦੇ ਹਾਂ, ਮੇਰੇ ਕੋਲ ਸਸਟੇਨੇਬਿਲਟੀ ਕਲੱਬ ਹੈ। ਸੋ ਜਦੋਂ ਆਫਟਰ ਸਕੂਲ ਐਕਟੀਵਿਟੀਜ਼ ਬੱਚੇ ਹੈਂਡਸ ਔਨ ਐਕਟੀਵਿਟੀਜ਼ ਕਰਦੇ ਆ, ਉਸ 'ਚ ਅਸੀਂ ਪ੍ਰੋਗਰਾਮ ਰੱਖਿਆ ਸਾਇੰਟਿਸਟ ਇਨ ਰੈਜੀਡੈਂਸ ਪ੍ਰੋਗਰਾਮ ਹੈ ਸਾਡੇ ਕੋਲ, ਐਂਡ ਸਾਇੰਟਿਸਟ ਇਨ ਰੈਜੀਡੈਂਸ ਦੇ ਨਾਲ ਸਾਡੇ ਕੋਲ ਡਿਸਕਵਰੀ ਡੇਜ਼ ਪ੍ਰੋਗਰਾਮ ਹੈ, ਕਈ ਐਕਟੀਵਿਟੀਜ਼ ਅਸੀਂ ਨਹੀਂ ਕਰ ਸਕਦੇ ਸਕੂਲ ਦੇ ਟਾਈਮ, ਲਾਈਕ ਜਿਵੇਂ ਡਿਸੈਕਸ਼ਨ ਲੈਬਸ ਹੈ, ਇਹ ਬਿਓਂਡ ਕਰੀਕੁਲਮ ਅਸੀਂ ਬੱਚਿਆਂ ਨੂੰ ਸਾਇੰਸ ਕਲੱਬ ਦੇ ਵਿੱਚ ਸਿਖਾਉਂਦੇ ਹਾਂ, ਰੋਬੋਟਿਕਸ ਕਲੱਬ ਦੇ ਸਕਿੱਲਸ, ਕੋਡਿੰਗ, ਡੀਕੋਡਿੰਗ, ਮਾਈਕਰੋਬਿਟਸ, ਜਿਹੜੀਆਂ ਅੱਜ ਕੱਲ੍ਹ ਦੇ ਨਿਊ ਜਨਰੇਸ਼ਨ ਸਕਿੱਲ, ਸਾਰੀਆਂ ਅਸੀਂ ਆਫਟਰ ਸਕੂਲ ਐਕਟੀਵਿਟੀਜ਼ ਕਰਦੇ ਹਾਂ। ਸੋ ਸਸਟੇਨੇਬਿਲਟੀ, ਸਾਰੀ ਸਸਟੇਨੇਬਿਲਟੀ, ਕਲਾਈਮੇਟ ਚੇਂਜ ਇਨੀਸ਼ੀਏਟਿਵ, ਇਹ ਸਾਰੀਆਂ ਆਫਟਰ ਸਕੂਲ ਹੈ। ਅਗੇਨ ਇਹ ਸਕੂਲ 'ਤੇ ਡਿਪੈਂਡ ਕਰਦਾ, ਇਸ ਸਕੂਲ ਦੇ ਟੀਚਰ 'ਤੇ ਡਿਪੈਂਡ ਕਰਦਾ ਕਿ ਉਹਨਾਂ ਨੂੰ ਚਾਹੀਦਾ ਕਿ ਪ੍ਰਮੋਟ ਕਰਨ, ਇਸ ਤਰ੍ਹਾਂ ਥੋੜ੍ਹਾ ਇੰਟਰਸਟ ਕ੍ਰੀਏਟ ਕਰ ਸਕਦੇ ਹਾਂ ਬੱਚਿਆਂ ਦੇ ਵਿੱਚ। ਜਦੋਂ ਗੱਲ ਆਉਂਦੀ ਹੈ ਨਾ ਜੀ ਬੱਚੇ ਨੂੰ ਅਸੀਂ ਜ਼ਿੰਦਗੀ ਦੇ ਵਿੱਚ ਕਿਹੜੇ ਪਾਸੇ ਤੋਰਨਾ, ਹੈ ਨਾ, ਤਾਂ ਉਹ ਬੜਾ ਕੰਪਲੈਕਸ ਸਿਸਟਮ ਹੋ ਜਾਂਦਾ। ਸਾਡੇ ਪੇਰੈਂਟਸ, ਜਿਵੇਂ ਸਾਡੇ ਪੇਰੈਂਟਸ ਕਹਿੰਦੇ ਹੁੰਦੇ ਸੀ, ਅਧਿਆਪਕ ਸੀਗੇ ਉਹ, ਨਾਲ ਦੇ ਅਧਿਆਪਕਾਂ ਨਾਲ ਗੱਲ ਕਰਦੇ ਸੀ ਜਦੋਂ ਆਪਦਾ ਕੌਫੀ ਟੇਬਲ 'ਤੇ ਜਾਂ ਚਾਹ ਵਾਲੇ ਟੇਬਲ 'ਤੇ ਬੈਠੇ ਹੁੰਦੇ ਸੀ, ਤਾਂ ਉਹ ਇਹ ਗੱਲ ਕਰਦੇ ਸੀ ਵੀ ਬਰਾੜ ਸਾਹਿਬ ਤੁਸੀਂ ਆਪਣੇ ਮੁੰਡੇ ਨੂੰ ਕੀ ਬਣਾਉਣਾ, ਅਤੇ ਦੂਜਾ ਕਹਿੰਦਾ ਸੀ ਹਾਂਜੀ ਗਿੱਲ ਸਾਹਿਬ ਤੁਸੀਂ ਆਪਣੇ ਮੁੰਡੇ ਨੂੰ ਕੀ ਬਣਾਉਣਾ। ਮੈਨੂੰ ਇਹ ਕੁਸ਼ਚਨ ਬੜਾ ਵੀਅਰਡ ਲੱਗਦਾ ਕਿ ਤੁਸੀਂ ਆਪਣੇ ਮੁੰਡੇ ਨੂੰ ਜਾਂ ਆਪਣੀ ਕੁੜੀ ਨੂੰ ਕੁਛ ਥੋੜ੍ਹਾ ਬਣਾਉਣਾ, ਤੁਸੀਂ ਤਾਂ ਇਹ ਦੇਖਣਾ ਕਿ ਤੁਹਾਡਾ ਮੁੰਡਾ ਜਾਂ ਤੁਹਾਡੀ ਕੁੜੀ ਕੀ ਬਣਨਾ ਚਾਹੁੰਦੀ ਹੈ ਨਾ। ਇਹ ਬੜਾ ਕੰਪਲੈਕਸ ਕੁਸ਼ਚਨ ਹੈ। ਹੁਣ ਜਦੋਂ ਤੁਹਾਡੇ ਬੱਚੇ 9ਵੀਂ 10ਵੀਂ ਦੇ ਵਿੱਚ ਹੋ ਜਾਂਦੇ, ਉਦੋਂ ਉਹਨਾਂ ਨੇ ਆਪਣੇ ਸਬਜੈਕਟ ਸਿਲੈਕਟ ਕਰਨੇ ਆ, ਪੇਰੈਂਟਸ ਨੂੰ ਨਹੀਂ ਪਤਾ। ਪੇਰੈਂਟਸ ਕਈ ਵਾਰੀ ਆਪਣੇ ਹਿਸਾਬ ਨਾਲ
ਵੀ ਮੈਂ ਪ੍ਰੋਫੈਸਰ ਬਣਨਾ ਚਾਹੁੰਦਾ ਸੀ, ਮੈਂ ਕੋਚ ਬਣਨਾ ਚਾਹੁੰਦਾ ਸੀ, ਮੈਂ ਵਕੀਲ ਬਣਨਾ ਚਾਹੁੰਦਾ ਸੀ, ਮੈਂ ਤਾਂ ਬਣਿਆ ਨਹੀਂ, ਮੁੰਡੇ ਨੂੰ ਬਣਾਊਂਗਾ, ਤੁਸੀਂ ਕੀ ਕਹਿਣਾ ਚਾਹੋਗੇ ਪੇਰੈਂਟਸ ਨੂੰ? ਐਕਚੁਅਲੀ ਤੁਸੀਂ ਬੜੀ ਵਧੀਆ ਇਹ ਗੱਲ ਕਹੀ ਹੈ, ਮੈਂ ਵੀ ਇਹ ਸਿਚੁਏਸ਼ਨ ਬੜੀ ਵਾਰ ਫੇਸ ਕੀਤੀ ਹੈ, ਰਾਈਟ? ਕਈ ਵਾਰ ਕਹਿਣਗੇ ਤੁਸੀਂ ਐਜ਼ ਏ ਸਾਇੰਸ ਫੀਲਡ ਵਿੱਚੋਂ, ਉਹਨਾਂ ਨੂੰ ਇਹ ਐਕਸਪੈਕਟੇਸ਼ਨ ਹੈ ਕਿ ਤੁਹਾਡੇ ਬੱਚੇ ਤਾਂ ਮੈਡੀਕਲ ਫੀਲਡ 'ਚ ਜਾਣਗੇ ਕਿਉਂਕਿ ਤੁਸੀਂ ਹੋ, ਬਟ ਇੱਥੇ ਮੈਂ ਅਗੇਨ ਕਹਿਣਾ ਚਾਹੂੰਗੀ ਕਿ ਬੱਚਿਆਂ ਨੂੰ ਵੀ ਸੁਣਨਾ ਚਾਹੀਦਾ, ਰਾਈਟ? ਬੱਚਿਆਂ ਦਾ ਵੀ ਦੇਖਣਾ ਚਾਹੀਦਾ ਕਿ ਉਹਨਾਂ ਦਾ ਇੰਟਰਸਟ ਕੀ ਹੈ। ਹਮੇਸ਼ਾ ਆਪਣੇ ਹੀ ਇੰਟਰਸਟ ਨਹੀਂ ਥੋਪਣੇ ਚਾਹੀਦੇ ਕਿ ਜਸਟ ਬਿਕੋਜ਼ ਕਿ ਅਸੀਂ ਨਹੀਂ ਕਰ ਸਕੇ ਤਾਂ ਹੁਣ ਬੱਚੇ ਕਰਨਗੇ, ਸਾਡਾ ਸੁਪਨਾ ਪੂਰਾ ਕਰਨਗੇ। ਕੁਛ ਹੱਦ ਤੱਕ ਬਹੁਤ ਸਹੀ ਵੀ ਹੈ ਇਹ ਗੱਲ ਕਿ ਠੀਕ ਹੈ, ਆਪਣੇ ਸੁਪਨੇ ਨੇ, ਆਪਾਂ ਆਪਣੀ ਕੰਟਰੀਜ਼ ਛੱਡ ਕੇ ਆਏ ਹਾਂ ਅਤੇ ਇਸ ਕਰਕੇ ਬੱਚਿਆਂ ਦੇ ਫਿਊਚਰ ਲਈ ਆਏ ਹਾਂ। ਕਈ ਵਾਰ ਬੱਚਿਆਂ ਨੂੰ ਨਹੀਂ ਵੀ ਪਤਾ ਹੁੰਦਾ ਕਿ ਕਈ ਵਾਰ ਪੀਅਰ ਪ੍ਰੈਸ਼ਰ ਦੇ ਅੰਡਰ ਆ ਜਾਂਦੇ ਆ ਕਿ ਜਸਟ ਮੇਰਾ ਫਰੈਂਡ ਕੰਪਿਊਟਰ ਸਾਇੰਸ ਵਿੱਚ ਜਾ ਰਿਹਾ, ਜਸਟ ਮੇਰਾ ਫਰੈਂਡ ਉੱਥੇ ਯੂਨੀਵਰਸਿਟੀ ਆਟਵਾ ਜਾਂ ਮਤਲਬ ਕਿਸੇ ਹੋਰ ਯੂਨੀਵਰਸਿਟੀ ਜਾ ਰਿਹਾ ਤਾਂ ਮੈਂ ਵੀ ਉਹਦੇ ਨਾਲ ਹੀ ਜਾਣਾ, ਕਿ ਨਹੀਂ ਪਤਾ ਹੁੰਦਾ ਬੱਚਿਆਂ ਨੂੰ, ਬਟ ਇਨੋਸੈਂਟ ਹੁੰਦੇ। ਪਰ ਐਟ ਦ ਸੇਮ ਆਪਣਾ ਵੀ ਫਰਜ਼ ਬਣਦਾ ਕਿ ਐਜ਼ ਏ ਪੇਰੈਂਟਸ ਆਪਾਂ ਹੈਲਪ ਕਰੀਏ, ਬਟ ਐਟ ਦ ਸੇਮ ਟਾਈਮ ਇੱਥੇ ਟੀਚਰ ਦੀ ਸਲਾਹ ਲੈਣੀ ਵੀ ਬਹੁਤ ਜ਼ਰੂਰੀ ਮੈਂ ਕਹੂੰਗੀ। ਟੀਚਰ ਦਾ ਰੋਲ ਵੀ ਬਹੁਤ ਜ਼ਿਆਦਾ ਕਿਉਂਕਿ ਬੱਚੇ ਮੋਸਟਲੀ ਦੇਖੋ ਤੁਸੀਂ 8 ਵਜੇ ਚਲੇ ਗਏ, ਸ਼ਾਮ ਨੂੰ ਕਿਤੇ 4 ਵਜੇ ਤੱਕ ਆਉਂਦੇ ਆ, ਰਾਈਟ? 4 ਵਜੇ ਜਦੋਂ 4-5 ਵਜੇ ਘਰ ਆਏ, ਥੋੜ੍ਹਾ ਬਹੁਤ ਗੇਮ ਖੇਡ ਲਈ ਹੈ, ਖਾਣਾ ਪੀਣਾ ਖਾਧਾ, 6 ਵਜੇ ਫਿਰ ਆਪਣਾ ਮਤਲਬ ਤੁਹਾਡੇ ਕੋਲ ਤਾਂ 3-4 ਘੰਟੇ ਮੋਸਟਲੀ ਰਹਿੰਦੇ ਆ, ਮੋਸਟਲੀ ਟਾਈਮ ਟੀਚਰਸ ਨਾਲ, ਸਕੂਲ ਨਾਲ, ਆਪਣੇ ਕੋਲੀਗਸ ਨਾਲ ਉੱਥੇ ਸਪੈਂਡ ਕਰਦੇ ਆ। ਤਾਂ ਇੱਥੇ ਤੁਹਾਨੂੰ ਜ਼ਰੂਰੀ ਹੈ, ਤੁਹਾਡਾ ਫਰਜ਼ ਬਣਦਾ ਕਿ ਟੀਚਰ ਨਾਲ ਇਨ ਟੱਚ ਰਹੋ, ਟੀਚਰ ਨਾਲ ਕੋਰਸਪੋਂਡ ਕਰੋ, ਤੁਸੀਂ ਆਪਣਾ ਵੱਧ ਤੋਂ ਵੱਧ ਟਾਈਮ ਸਪੈਂਡ ਕਰੋ, ਬੱਚਿਆਂ ਨੂੰ ਪੁੱਛੋ ਇੰਟਰਸਟ ਕੀ ਹੈ, ਇਕੱਲੇ ਆਪਣੇ ਇੰਟਰਸਟ ਦੀ ਗੱਲ ਨਾ ਕਰੋ, ਬੱਚਿਆਂ ਨੂੰ ਵੀ ਪੁੱਛੋ, ਰਾਈਟ? ਅਤੇ ਤੁਸੀਂ ਮਿਲ ਕੇ ਮੇ ਬੀ ਜਿੰਨਾ ਤੁਸੀਂ ਟਾਈਮ ਸਪੈਂਡ ਕਰੋਗੇ ਓਨਾ ਹੀ ਬੱਚੇ ਤੁਹਾਨੂੰ ਕੋਨਫੀਡੈਂਸ ਲੈਣਗੇ, ਬੱਚੇ ਤੁਹਾਡੇ ਟਰੱਸਟ ਕਰਨਗੇ, ਤਾਂ ਫਿਰ ਤੁਸੀਂ ਆਪਣੀ ਮਰਜ਼ੀ ਵੀ ਦੱਸ ਸਕਦੇ ਕਿ ਹਾਂ ਮੇਰਾ ਮੇਰੀ ਹੋਪ ਹੈ ਕਿ ਤੂੰ ਡਾਕਟਰ ਬਣੇ, ਮੇਰੀ ਹੋਪ ਹੈ ਤੂੰ ਇੰਜੀਨੀਅਰ ਬਣੇ, ਤਾਂ ਤੁਸੀਂ ਬੱਚੇ ਦਾ ਮਾਇੰਡ ਥੋੜ੍ਹਾ ਮੋਡੀਫਾਈ ਕਰ ਸਕਦੇ ਹੋ ਆਪਣੇ ਡ੍ਰੀਮ ਦੇ ਅਕੋਰਡਿੰਗ। ਟਾਈਮ ਦੀ ਤੁਸੀਂ ਗੱਲ ਕੀਤੀ ਨਾ, ਟਾਈਮ ਵੀ ਤਾਂ ਹੈ ਨਹੀਂ, ਜੇ ਮੈਂ ਆਪਣੇ ਦਰਸ਼ਕਾਂ ਨਾਲ ਗੱਲ ਕਰਾਂ, ਪੇਰੈਂਟਸ ਨਾਲ ਗੱਲ ਕਰਾਂ, ਟਾਈਮ ਹੀ ਤਾਂ ਹੈ ਨਹੀਂ, ਹੈ ਨਾ? ਮੈਂ ਆਪਣੇ ਕਿਸੇ ਕੋਲੀਗ ਨਾਲ ਇੱਕ ਵਾਰੀ ਗੱਲ ਕਰ ਰਿਹਾ ਸੀਗਾ, ਉਹ ਕਹਿੰਦੇ ਵੀ ਤੁਸੀਂ ਮਹਿਸੂਸ ਕਰਦੇ ਹੋ, ਭਾਵੇਂ ਤੁਸੀਂ ਇਮੀਗ੍ਰੈਂਟ ਹੋ, ਭਾਵੇਂ ਤੁਸੀਂ ਇੱਥੋਂ ਦੇ ਮੇਨ ਸਟ੍ਰੀਮ ਦੇ ਹੋ, ਇੱਥੋਂ ਦੇ ਜੰਮੇ ਜਾਏ ਹੋ, ਤੁਸੀਂ ਇਹ ਮਹਿਸੂਸ ਕਰਦੇ ਹੋ ਵੀ ਬੱਚਾ ਸਾਡੇ ਵਰਗਾ ਬਣਿਆ, ਸਾਡੀਆਂ ਵੈਲਿਊਜ਼, ਸਾਡੀਆਂ ਧਾਰਮਿਕ ਵੈਲਿਊਜ਼, ਸਾਡੀਆਂ ਸੋਸ਼ਲ ਵੈਲਿਊਜ਼, ਕਲਚਰਲ ਵੈਲਿਊਜ਼ ਸਾਰੀਆਂ ਉਹਦੇ 'ਚ ਜਾਣ। ਉਹ ਬਜ਼ੁਰਗ ਬੰਦਾ ਮੈਨੂੰ ਕਹਿੰਦਾ ਕਿਵੇਂ ਜਾਣਗੀਆਂ, ਕਿਵੇਂ ਜਾਣਗੀਆਂ, ਕਿਉਂਕਿ ਤੁਹਾਡੇ ਕੋਲ ਤਾਂ ਉਹ ਹਫ਼ਤੇ 'ਚ 10 ਘੰਟੇ ਰਹਿੰਦਾ ਬੱਚਾ, ਅਤੇ ਬਾਕੀ ਦੇ 70-80-90 ਘੰਟੇ ਤਾਂ ਉਹ ਕਿਸੇ ਹੋਰ ਟੀਚਰ ਕੋਲ ਰਹਿੰਦਾ, ਜਿਹਦਾ ਕਲਚਰ ਵੀ ਹੋ ਰਿਹਾ, ਜਿਹਦੀਆਂ ਵੈਲਿਊਜ਼ ਵੀ ਹੋ ਰਿਹਾ, ਉਹਦਾ ਧਰਮ ਵੀ ਹੋ ਰਿਹਾ। ਉਹਦਾ ਇਲਾਜ ਤਾਂ ਫਿਰ ਇਹੀ ਹੈ ਕਿ ਤੁਸੀਂ ਟਾਈਮ ਸਪੈਂਡ ਕਰੋ। ਸੋ ਵੀ ਹੈਵ ਟੂ ਮੇਕ ਇਟ ਹੈਪਨ, ਵੀ ਹੈਵ ਟੂ ਔਰਗਨਾਈਜ਼ ਅਵਰ ਲਾਈਫਸ, ਵੀ ਹੈਵ ਟੂ ਔਰਗਨਾਈਜ਼ ਅਵਰ ਜੋਬਸ ਇਨ ਅ ਵੇ ਦੈਟ ਯੂ ਕੈਨ ਸਪੇਅਰ ਯੂਰ ਟਾਈਮ ਵਿਦ ਯੂਰ ਕਿਡਸ, ਤਾਂ ਕਿ ਤੁਹਾਡੇ ਵਰਗਾ ਤਾਂ ਹੀ ਬਣੋ ਮੈਨੂੰ, ਜਾਂ ਫਿਰ ਦਾਦੇ ਦਾਦੀ ਵਾਲੀ ਗੱਲ, ਲੀਡ ਬਾਈ ਐਗਜ਼ਾਮਪਲ, ਲੀਡ ਬਾਈ ਐਗਜ਼ਾਮਪਲ, ਤੁਸੀਂ ਉਹਦੇ ਨਾਲ ਟਾਈਮ ਸਪੈਂਡ ਕਰੋ, ਬੱਚਿਆਂ ਨੂੰ ਦੱਸੋ ਵੀ ਇਹ ਜ਼ਰੂਰੀ ਹੈ, ਇਹ ਆਪਣੇ ਮੋਰਲਸ ਨੇ, ਇਹ ਆਪਣੀ ਫੈਮਿਲੀ ਵੈਲਿਊਜ਼ ਹੈ, ਇਹ ਆਪਣਾ ਕਲਚਰ ਇਸ ਤਰ੍ਹਾਂ ਦਾ। ਜਿੰਨਾ ਤੁਸੀਂ ਉਹੀ ਗੱਲ ਹੈ, ਟਾਈਮ ਅਗੇਨ ਟਾਈਮ ਦੀ ਗੱਲ ਹੈ, ਜਿੰਨਾ ਟਾਈਮ ਦਿਓਗੇ, ਗੱਲਬਾਤ ਕਰੋਗੇ, ਉਹ ਬਹੁਤ ਜ਼ਰੂਰੀ ਹੈ। ਮੈਂ ਕਈ ਵਾਰੀ ਇਹ ਮਹਿਸੂਸ ਕਰਦਾ, ਹੁਣ ਤੁਸੀਂ ਅਧਿਆਪਕ ਹੋ, ਤੁਸੀਂ ਇਮੀਗ੍ਰੈਂਟ ਵੀ ਹੋ, ਤੁਸੀਂ ਡਾਕਟਰ ਹੋ, ਤੁਸੀਂ PhD ਕੀਤੀ ਹੋਈ ਹੈ ਨਾ, ਪੇਰੈਂਟ ਵੀ ਹੋ, ਹੈ ਨਾ, ਤੁਸੀਂ ਕਈ ਵਾਰੀ ਮੈਂ ਇਉਂ ਮਹਿਸੂਸ ਕਰਦਾ ਵੀ ਜੇ ਤੁਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਉਣੀ ਹੈ ਨਾ, ਤਾਂ ਉਹਦਾ ਸਭ ਤੋਂ ਸੌਖਾ ਤਰੀਕਾ ਪੰਜਾਬੀ ਸਕੂਲ ਦੇ ਵਿੱਚ ਜਾਂ ਗੁਰੂ ਘਰ ਦੇ ਵਿੱਚ ਪੰਜਾਬੀ ਸਿਖਾਉਣਾ ਨਹੀਂ, ਉਹਦਾ ਸਭ ਤੋਂ ਸੌਖਾ ਤਰੀਕਾ ਇਹ ਹੈ ਵੀ ਆਪਦੇ ਬੇਬੇ ਬਾਪੂ ਸੱਦ ਲਓ। ਬਿਲਕੁਲ, ਨਾ 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 ਨਹੀਂ ਸੱਦ ਲਓ, ਜਾਂ ਦਾਦਾ ਦਾਦੀ ਸੱਦ ਲਓ, ਤੇ ਪੰਜਾਬੀ ਆ ਗਈ ਜਵਾਬ। ਹੁਣ ਮੇਰੇ ਲਈ ਲੱਕੀ ਹੈ, ਰੀਅਲੀ ਫੋਰਚੂਨੇਟ ਹੈ ਕਿ ਮੇਰੇ ਮੰਮੀ ਪਾਪਾ, ਮੇਰੇ ਆਪਣੇ ਮੰਮੀ ਪਾਪਾ ਵੀ, ਮੇਰੇ ਇਨ-ਲਾਜ਼ ਵੀ, ਅਸੀਂ ਸਾਰੇ ਇੱਕ ਫੈਮਿਲੀ, ਜਿਵੇਂ ਇੰਡੀਆ 'ਚ ਹੁੰਦਾ ਸੀ ਜੁਆਇੰਟ ਫੈਮਿਲੀ, ਅਸੀਂ ਸਾਰੇ ਇੱਕੋ ਘਰ 'ਚ ਇਕੱਠੇ ਰਹਿੰਦੇ ਹਾਂ। ਹੁਣ ਮੇਰੀ ਨੀਸ ਵੀ ਹੈ ਉੱਥੇ ਯੂਨੀਵਰਸਿਟੀ ਮੈਰੀਟੋਵਾ ਪੜ੍ਹ ਰਹੀ, ਉਹ ਵੀ ਸਾਡੇ ਨਾਲ ਇੱਕੋ ਘਰ 'ਚ ਹੈ, ਅਸੀਂ 8 ਮੈਂਬਰ, ਇੱਥੇ ਕੋਈ ਕਾਮਨ ਨਹੀਂ ਹੈ, ਪਰ ਅਸੀਂ ਸਾਰੇ ਅਸੀਂ ਇਕੱਠੇ ਰਹਿੰਦੇ ਹਾਂ, ਅਤੇ ਬੱਚਿਆਂ ਨੂੰ ਅੱਗੇ ਬੋਲਣਾ ਹੀ ਪੈਂਦਾ ਕਿਉਂਕਿ ਦਾਦੀ ਦਾਦਾ ਤਾਂ ਸਮਝਦੇ ਨਹੀਂ ਪੰਜਾਬੀ, ਸਮਝਦੇ ਨਹੀਂ ਇੰਗਲਿਸ਼। ਜੇ ਸਮਝਦੇ ਵੀ ਆ ਤਾਂ ਉਹਨਾਂ ਨੂੰ ਪ੍ਰਟੈਂਡ ਕਰਦੇ ਵੀ ਸਾਨੂੰ ਤਾਂ ਸਮਝ ਨਹੀਂ ਆਉਂਦੀ, ਅਸੀਂ ਉੱਤਰ ਪੰਜਾਬੀ 'ਚ ਬੋਲ, ਅਸੀਂ ਕਹਿ ਰੱਖਿਆ ਉਹਨਾਂ ਨੂੰ ਕਿ ਤੁਸੀਂ ਜਵਾਬ ਹੀ ਨਹੀਂ ਦੇਣਾ ਕੁਛ ਵੀ, ਜੀ ਉਹ ਮੇਰੇ ਨਾਲ ਵੀ ਗੱਲ ਕਰਨਗੇ, ਮੈਨੂੰ ਸਮਝ ਨਹੀਂ ਆਈ। ਹਾਂਜੀ ਹਾਂਜੀ, ਤਾਂ ਥੋੜ੍ਹਾ ਆਪਾਂ ਨੂੰ ਹੀ ਕਰਨਾ ਪੈਣਾ ਫੋਰਸ ਉਹਨਾਂ ਨੇ, ਜੇ ਆਪਾਂ ਆਪਣਾ ਕਲਚਰ ਪ੍ਰਿਜ਼ਰਵ ਕਰਨਾ ਚਾਹੁੰਦੇ ਹਾਂ, ਆਪਣਾ ਕਲਚਰ ਸੰਭਾਲ ਕੇ ਰੱਖਣਾ ਚਾਹੁੰਦੇ ਹਾਂ, ਇਹ ਆਪਣੇ ਵੱਲੋਂ ਹੀ ਇਨੀਸ਼ੀਏਟਿਵ ਲੈਣਾ ਪਊਗਾ, ਆਪਣੇ ਵੱਲੋਂ ਹੀ ਕਰਨਾ ਪਊ। ਇੱਕ ਹੋਰ ਚੀਜ਼ ਦੱਸੋ, ਤੁਸੀਂ ਹੁਣ ਤੁਸੀਂ ਸਕੂਲ ਦੇ ਵਿੱਚ ਬੱਚਿਆਂ ਨਾਲ ਇੰਟਰੈਕਟ ਅਕਸਰ ਕਰਦੇ ਹੋ, ਹੈ ਨਾ, ਬੱਚਿਆਂ ਦੀਆਂ, ਬੱਚਿਆਂ ਦੇ ਸੁਪਨੇ, ਬੱਚਿਆਂ ਦੀਆਂ ਗੱਲਾਂ, ਇਨੋਸੈਂਟ ਗੱਲਾਂ, ਉਹਨਾਂ ਦੀਆਂ ਪਲਾਨਸ, ਉਹਨਾਂ ਦੀਆਂ ਇੰਟਰੈਕਸ਼ਨਸ, ਉਹਨਾਂ ਦੀ ਦੋਸਤੀ, ਉਹ ਸਾਰਾ ਕੁਝ ਦੇਖਦੇ ਹੋ, ਹੈ ਨਾ? ਸਾਡੇ ਵੇਲੇ ਇਹ ਹੁੰਦਾ ਸੀਗਾ, ਉਹ ਦੋ ਹੀ ਗੱਲਾਂ, ਡਾਕਟਰ ਅਤੇ ਇੰਜੀਨੀਅਰ ਬਣਨਾ, ਹੈ ਨਾ? ਅੱਜ ਦੇ ਬੱਚੇ ਆ, ਮੈਂ ਆਪਣੇ ਬੱਚਿਆਂ ਨਾਲ ਗੱਲ ਕਰਦਾ ਕੀ ਬਣਨਾ, ਉਹ ਕਹਿੰਦਾ ਯੂਟਿਊਬਰ ਬਣਨਾ। ਮਤਲਬ ਹੁਣ ਜਿਹੜੇ ਪ੍ਰੈਫਰਡ ਐਵੇਨਿਊਜ਼ ਅਗਲੀ ਜਨਰੇਸ਼ਨ ਦੇ ਕੀ ਨੇ,
ਬੱਚੇ ਕਿੱਧਰ ਨੂੰ ਜਾਣਾ? ਬਿਲਕੁਲ, ਆਪਾਂ ਸੋਚਦੇ ਸੀ ਕਿ ਬਸ ਆਪਣੇ ਕੋਲ ਤਿੰਨ ਚਾਰ ਆਪਸ਼ਨ ਸੀ, ਜਾਂ ਤਾਂ ਨਰਸ ਹੋ ਗਿਆ, ਜਾਂ ਟੀਚਰ ਹੋ ਗਿਆ, ਡਾਕਟਰ ਹੋ ਗਿਆ, ਇੰਜੀਨੀਅਰ ਹੋ ਗਿਆ, ਸਿਰਫ ਆਪਾਂ ਇਹੀ ਗੱਲਾਂ ਕਰਦੇ ਸੀ ਪਹਿਲਾਂ। ਪਰ ਹੁਣ ਸਾਰੀਆਂ ਅਪਲਾਈਡ ਸਾਰੇ, ਮੈਂ ਦੇਖਿਆ ਇੱਕ ਲਾਅ ਬੈਕਗਰਾਊਂਡ ਕਰਕੇ ਵੀ ਮੈਡੀਕਲ ਕਰ ਰਹੇ ਹੈ, ਕੋਈ ਆਰਕੀਟੈਕਚਰ ਵੀ ਹੈ, ਸਾਰੇ ਡਿਫਰੈਂਟ ਵੇਰੀਏਸ਼ਨ ਯੂ ਆਰ ਰਾਈਟ। ਹੁਣ ਇਕੱਲਾ ਡਾਕਟਰ ਇੰਜੀਨੀਅਰ ਤੱਕ ਲਿਮਿਟਡ ਨਹੀਂ ਰਹਿ ਗਿਆ, ਪਰ ਅਗੇਨ ਇਹ ਜ਼ਰੂਰੀ ਹੈ, ਇਹ ਵੀ ਬਹੁਤ ਆਰਕੀਟੈਕਚਰ ਸਕਿੱਲਸ, ਹੋਰ ਤਰ੍ਹਾਂ ਦੇ ਸਕਿੱਲਸ ਵੀ ਟਾਈਮ ਦੇ ਨਾਲ ਚੇਂਜ ਹੋ ਰਹੀਆਂ ਨੇ, ਤਾਂ ਆਪਾਂ ਨੂੰ ਵੀ ਉਵੇਂ ਚੱਲਣਾ ਹੀ ਪੈਣਾ ਹੈ। ਦੇਖੋ ਆਰਟ ਐਂਡ ਸਾਇੰਸ ਮਤਲਬ ਤਾਂ ਚਲੋ ਆਪਾਂ ਸੁਣਦੇ ਹੀ ਹਾਂ ਨਾ, ਹੁਣ ਜਿਹੜੇ 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 ਬੇਸਿਕ ਆਰਟਸ ਜਿਵੇਂ ਮਿਊਜ਼ਿਕ ਹੈ, ਮੈਂ ਬੜੇ ਘੱਟ ਲੋਕ ਦੇਖੇ ਆਪਣੀ ਕਮਿਊਨਿਟੀ ਦੇ ਵਿੱਚ ਕਿ ਜਿਹੜੇ ਅੱਜ ਮੈਨੀਟੋਬਾ ਦੇ ਵਿੱਚ ਬੈਠੇ ਹੋਏ, ਚਲੋ ਮੈਨੀਟੋਬਾ ਦੀ ਗੱਲ ਕਰਦੇ ਹਾਂ, ਅਸੀਂ ਕਿਸੇ ਦੇ ਘਰ ਜਾਂਦੇ ਹਾਂ ਡਿਨਰ 'ਤੇ, ਕਿਸੇ ਨੇ ਕਦੇ ਨਹੀਂ ਕਿਹਾ ਮੈਂ ਆਪਣੇ ਬੱਚੇ ਨੂੰ ਸਿੰਗਰ ਬਣਾਉਣਾ ਚਾਹੁੰਦਾ ਜਾਂ ਮਿਊਜ਼ਿਕ ਇੰਡਸਟਰੀ ਦੇ ਵਿੱਚ ਭੇਜਣਾ ਚਾਹੁੰਦਾ। ਆਪਾਂ ਹੁਣ ਰਿਕਾਰਡ ਕਰੀ ਜਾ ਰਹੇ ਹਾਂ ਪ੍ਰੋਗਰਾਮ, ਹੈ ਨਾ, ਇਹਦੇ ਵਿੱਚ ਤੁਸੀਂ ਟੀ ਵੀ ਪ੍ਰਜੈਂਟਰ ਬਣਨਾ ਚਾਹੁੰਦੇ ਹੋ, ਬੱਚਾ ਤੁਹਾਡਾ ਰੇਡੀਓ ਬ੍ਰੌਡਕਾਸਟਰ ਬਣਨਾ ਚਾਹੁੰਦਾ, ਕੈਮਰੇ ਦੇ ਪਿੱਛੇ ਇੱਕ ਬੰਦਾ ਬੈਠਾ ਵੀ ਮੈਂ ਮਤਲਬ ਇੱਕ ਟੈਕਨੀਕਲ ਹੈਂਡ ਬਣਨਾ ਚਾਹੁੰਦਾ, ਮੈਂ ਇੱਕ ਪ੍ਰੋਡਿਊਸਰ ਬਣਨਾ ਚਾਹੁੰਦਾ, ਮੈਂ ਇੱਕ ਡਾਇਰੈਕਟਰ ਬਣਨਾ ਚਾਹੁੰਦਾ, ਐਡੀਟਰ ਬਣਨਾ ਚਾਹੁੰਦਾ, ਕਿੰਨੇ ਲਾਈਫ ਦੇ ਫੀਲਡ ਨੇ, ਕਾਰਟੂਨਿਸਟ ਬਣਨਾ ਚਾਹੁੰਦਾ, ਕਾਰਟੂਨਿਸਟ ਤਾਂ ਕਾਰਟੂਨ ਬਣਾਉਂਦੇ ਆ ਨਾ, ਜਿਹੜੀਆਂ ਐਨੀਮੇਸ਼ਨਸ, ਐਨੀਮੇਸ਼ਨਸ, ਸਾਨੂੰ ਰਾਹ ਹੀ ਨਹੀਂ ਪਤਾ, ਸਾਨੂੰ ਰਾਹ ਹੀ ਨਹੀਂ ਪਤਾ। ਯੂ ਨੋ ਮੇ ਬੀ ਅਗੇਨ ਰਾਹ ਵੀ ਪਤਾ ਹੋਊਗਾ, ਆਪਾਂ ਕੁਛ ਜ਼ਿਆਦਾ ਹੀ ਸਟੈਟਸ ਸਿੰਬਲ ਨਾਲ ਚੱਲਦੇ ਹਾਂ ਜੀ, ਕਿ ਆਪਾਂ ਚੱਲਦੇ ਕਿ ਵੀ ਆਪਣੇ ਰੈਜ਼ਮੇ 'ਚ ਆਪਣੇ ਸਟੈਟਸ ਚੰਗਾ ਲੱਗਦਾ ਕਿ ਮੇਰਾ ਬੱਚਾ ਡਾਕਟਰ ਹੈ, ਮੇਰਾ ਬੱਚਾ ਇੰਜੀਨੀਅਰ ਹੈ, ਵੇਰਸ ਕਿ ਪੀਪਲ ਆਪਣੇ ਹੈਜੀਟੈਂਟ ਹੁੰਦੇ, ਕਹਿੰਦੇ ਕਿ ਮੇਰਾ ਬੱਚਾ ਕਾਰਟੂਨਿਸਟ ਹੈ ਜਾਂ ਮੀਡੀਆ 'ਚ ਆ ਰਿਹਾ, ਉਹ ਥੋੜ੍ਹਾ ਸ਼ਾਈ ਫੀਲ ਕਰਦੇ, ਉਹਨਾਂ ਨੂੰ ਲੱਗਦਾ ਕਿ ਇਹ ਲੋਅ ਪ੍ਰੋਫਾਈਲ ਜੋਬ ਨੇ। ਆਈ ਡੋਂਟ ਨੋ, ਮੈਂ ਰੋਂਗ ਵੀ ਹੋ ਸਕਦੀ, ਥੋੜ੍ਹਾ ਜਿਹਾ ਬੱਚਾ 'ਚ ਇਹ ਆਪਣੇ 'ਚ ਇਹ ਥੋੜ੍ਹੀ ਜਿਹੀ ਕਮੀਆਂ ਨੇ ਕਿ ਆਪਾਂ ਹੀ ਪ੍ਰਮੋਟ ਨਹੀਂ ਕਰ ਰਹੇ ਜ਼ਿਆਦਾ, ਆਪਾਂ ਦੇਖਣਾ ਚਾਹੁੰਦੇ ਕਿ ਮੇਰਾ ਬੱਚਾ ਡਾਕਟਰ ਹੋਏ, ਮੇਰਾ ਬੱਚਾ ਇੰਜੀਨੀਅਰ ਹੋਏ, ਜਾਂ ਜਿਹੜੇ ਆਪਾਂ ਨੂੰ ਆਲਰੇਡੀ ਹਾਈ ਪ੍ਰੋਫਾਈਲ ਜੋਬਸ ਨੇ। ਦੇਖੋ ਮੈਂ ਵੀ, ਚਲੋ ਮੈਂ ਤਿਆਰ ਕਰਿਆ ਹਾਂ ਨਾ, ਮੈਂ ਬੜੀਆਂ ਚੀਜ਼ਾਂ ਇਹ ਮਹਿਸੂਸ ਕੀਤੀਆਂ ਵੀ ਮੈਂ ਇਹ ਨਹੀਂ ਕਹਿਣਾ ਚਾਹੁੰਦਾ, ਨਾ ਮੈਂ ਬੱਚਿਆਂ ਨੂੰ ਕਹਿਣਾ ਚਾਹੁੰਦਾ, ਨਾ ਮੈਂ ਪੇਰੈਂਟਸ ਨੂੰ ਕਹਿਣਾ ਚਾਹੁੰਦਾ ਕਿ ਆਪਣੇ ਘਰਦਿਆਂ ਦੀ ਗੱਲ ਨਾ ਘਰਦਿਆਂ ਦੀ ਗੱਲ ਮੰਨਣੀ ਚਾਹੀਦੀ ਹੈ, ਪਰ ਹਮੇਸ਼ਾ ਵੀ ਨਹੀਂ ਮੰਨਣੀ ਚਾਹੀਦੀ। ਜੇ ਮੈਂ ਦੋ ਬੱਚਿਆਂ ਦੀ ਐਗਜ਼ਾਮਪਲ ਲਵਾਂ, ਵੀ ਦੋ ਬੱਚੇ 12ਵੀਂ ਦੇ ਵਿੱਚ ਇਕੱਠੇ ਪੜ੍ਹਦੇ ਸੀਗੇ ਨਾ, ਇੱਕ ਬੱਚੇ ਦੀ ਬਿਰਤੀ ਸੀਗੀ ਬੋਲਣ ਵਾਲੀ, ਹੱਸਣ ਖੇਡਣ ਵਾਲੀ, ਦੋਸਤ ਬਣਾਉਣ ਵਾਲੀ, ਉਹ ਆਪਦੇ ਕਿਸੇ ਹੋਰ ਕਾਲਜ ਚਲਾ ਗਿਆ। ਦੂਸਰਾ ਕਹਿੰਦਾ ਮੈਂ ਡਾਕਟਰ ਬਣਨਾ ਸੀਗਾ ਅਤੇ ਉਹਨੂੰ ਉਹ ਡੈਂਟਿਸਟ ਬਣ ਗਿਆ, ਠੀਕ ਹੈ ਜੀ। ਉਹ ਜਿਹੜਾ ਡੈਂਟਿਸਟ ਬਣ ਗਿਆ ਉਹ ਮੋਗੇ ਕੋਲ ਕਿਸੇ ਪਿੰਡ 'ਤੇ ਬੱਸ ਅੱਡੇ 'ਤੇ ਇੱਕ ਨਿੱਕੀ ਜਿਹੀ ਦੁਕਾਨ ਖੋਲ੍ਹੀ ਬੈਠਾ, ਪਰ ਉਹ ਡਾਕਟਰ ਹੈ। ਓਕੇ, ਜਿਹੜਾ ਦੂਜਾ ਬੰਦਾ ਉਹ ਸਟੂਡੈਂਟ ਯੂਨੀਅਨ ਦਾ ਬੱਚਾ ਪ੍ਰਧਾਨ ਬਣ ਗਿਆ, ਉਹ ਤੋਂ ਬਾਅਦ ਉਹ ਮਤਲਬ ਪੋਲੀਟੀਕਲ ਸਿਸਟਮ ਦੇ ਵਿੱਚ ਵੜ ਗਿਆ, ਉਹਦੇ 'ਚ ਲੀਡਰਸ਼ਿਪ ਸਕਿੱਲ ਸੀ, ਉਹ ਸਰਕਾਰ ਚਲਾਉਂਦਾ, ਹਾਊ ਇਜ਼ ਦੈਟ ਬੈਡ? ਆਈ ਮੀਨ ਆਈਡੈਂਟੀਫਾਈ ਕਰਨ ਲਈ ਮੈਂ ਉਹੀ ਪੁਆਇੰਟ ਤੁਹਾਡੇ ਨਾਲ ਫਿਰ ਐਮਫੈਸਾਈਜ਼ ਕਰਨਾ ਚਾਹੁੰਦਾ ਵੀ ਤੁਸੀਂ ਆਈਡੈਂਟੀਫਾਈ ਕਰਦੇ ਹੋ ਨਾ, ਤੁਸੀਂ ਬੱਚਿਆਂ ਨੂੰ ਕਿਵੇਂ ਦੇਖਦੇ ਹੋ? ਜਦੋਂ ਤੁਸੀਂ ਇੱਕ ਗਰੁੱਪ ਨਾਲ, ਬੱਚਿਆਂ ਦੇ ਗਰੁੱਪ ਨਾਲ ਗੱਲ ਕਰਦੇ ਹੋ, ਕੀ ਤੁਹਾਨੂੰ ਦਿਸਦਾ ਵੀ ਆਹ ਲੀਡਰ ਲੱਗਦਾ ਮੈਨੂੰ, ਆਹ ਮੈਨੂੰ ਸਟੂਡੀਅਸ ਲੱਗਦਾ, ਆਹ ਮੈਨੂੰ ਸ਼ਾਈ ਲੱਗਦਾ, ਆਹ ਮੈਨੂੰ ਬੈਕ ਸਟੇਜ ਲੱਗਦਾ, ਆਹ ਮੈਨੂੰ ਲੈਕਚਰ ਦੇਣ ਵਾਲਾ ਲੱਗਦਾ? ਬਿਲਕੁਲ ਲੱਗ ਜਾਂਦਾ, ਇੱਕ ਗਰੁੱਪ ਦੇਖ ਕੇ ਪਹਿਲਾਂ ਹੀ ਪਤਾ ਲੱਗ ਜਾਂਦਾ ਕਿ ਇਹ ਐਡਮਿਨ ਜੋਬ ਹੈ, ਇਹ ਨਰਸਿੰਗ ਹੈ, ਇਹ ਕੇਅਰਿੰਗ ਹੈ, ਬਿਲਕੁਲ ਪਤਾ ਲੱਗ ਜਾਂਦਾ ਜਦੋਂ ਟਾਈਮ ਸਪੈਂਡ ਕਰਦੇ ਹੈ। ਸੀਰੀਅਸਲੀ ਬਿਲੀਵ ਕਰੋ, ਸਾਨੂੰ ਤੁਹਾਡੇ ਨਾਲ ਜ਼ਿਆਦਾ ਪਤਾ ਤੁਹਾਡੇ ਬੱਚੇ ਦਾ, ਜੀ 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 ਜੀ, ਉਹ ਇੰਨੀਆਂ ਗੱਲਾਂ ਤੁਹਾਡੇ ਨਾਲ ਨਹੀਂ ਕਰਦੇ ਹੋਣਗੇ ਕਿ ਜਿੰਨੀਆਂ ਸਾਡੇ ਨਾਲ ਸ਼ੇਅਰ ਕਰ ਲੈਂਦੇ ਆ ਜੀ ਬੱਚਿਆਂ ਨਾਲ, ਸਾਨੂੰ ਬਿਲਕੁਲ ਪਤਾ ਲੱਗ ਜਾਂਦਾ। ਅਸੀਂ ਪੇਰੈਂਟਸ ਨਾਲ ਦੱਸਦੇ ਵੀ ਹਾਂ, ਕਈ ਵਾਰ ਪੇਰੈਂਟਸ ਨੂੰ ਹੁੰਦਾ ਕਿ ਨਹੀਂ ਮੇਰਾ ਬੱਚਾ ਬਹੁਤ ਕੁਆਇਟ ਹੈ, ਗੱਲ ਨਹੀਂ ਕਰਦਾ ਤੁਹਾਡੇ ਨਾਲ, ਕਰਦਾ ਸਾਨੂੰ, ਕਈ ਵਾਰ ਦੱਸਣਾ ਪੈਂਦਾ ਕਿ ਨਹੀਂ ਬਹੁਤ ਓਪਨ ਹੈ। ਕਈ ਵਾਰ ਪੇਰੈਂਟਸ ਨੂੰ ਸਕਿੱਲ ਨਹੀਂ ਪਤਾ ਹੁੰਦੇ ਆਪਣੇ ਬੱਚਿਆਂ ਦੇ ਜੀ, ਤਾਂ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਟੀਚਰਸ ਨਾਲ ਕੋਰਸਪੋਂਡੈਂਸ ਰੱਖਣ। ਇੱਕ ਹੋਰ ਚੀਜ਼ ਦੱਸੋ, ਤੁਹਾਡੀ ਗੱਲ ਵਿੱਚ ਹੈ ਕਿ ਟੀਚਰ ਤਾਂ ਹੈ ਜਿਹੜਾ ਕਲਾਸ ਟੀਚਰ ਹੈ ਨਾ, ਇੱਕ ਸਕੂਲਸ ਦੇ ਵਿੱਚ ਕਾਉਂਸਲਰਸ ਹੁੰਦੇ ਨੇ, ਐਜੂਕੇਸ਼ਨਲ ਕਾਉਂਸਲਰਸ ਜਾਂ ਕਰੀਅਰ ਕਾਉਂਸਲਰਸ, ਸਾਰੇ ਪੇਰੈਂਟਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ, ਸਾਰੇ ਪੇਰੈਂਟਸ ਅਸੀਂ ਇੰਨੇ ਬਿਜ਼ੀ ਹਾਂ, ਅਸੀਂ ਇੰਨੇ ਥੱਕੇ ਟੁੱਟੇ ਘਰੇ ਆਉਂਦੇ ਹਾਂ ਵੀ ਸਾਨੂੰ ਬਸ ਇਹ ਵੀ ਬੱਚੇ ਨੂੰ ਪੈਸੇ ਕਿੰਨੇ ਚਾਹੀਦੇ, ਫੀਸ ਕਿੰਨੀ ਚਾਹੀਦੀ ਹੈ, ਅਤੇ ਖਿਡੌਣੇ ਕਿੰਨੇ ਚਾਹੀਦੇ, ਕੱਪੜੇ ਕਿੰਨੇ ਚਾਹੀਦੇ, ਉੱਥੋਂ ਤੱਕ ਹੀ ਸਾਡਾ ਸੀਮਤ ਹੈ। ਕਾਉਂਸਲਿੰਗ ਸਿਸਟਮ ਜਿਹੜਾ ਮੈਨੀਟੋਬਾ ਸਕੂਲ ਸਿਸਟਮ ਦੇ ਵਿੱਚ ਕਿਵੇਂ ਕੰਮ ਕਰਦਾ, ਕੀ ਸਾਰੇ ਸਕੂਲਾਂ ਦੇ ਵਿੱਚ ਐਜੂਕੇਸ਼ਨ ਕਰੀਅਰ ਕਾਉਂਸਲਰਸ ਹੈਗੇ ਨੇ, ਕਿਸ ਸਟੇਜ 'ਤੇ ਉਹਨਾਂ ਨੂੰ ਵਰਤਿਆ ਜਾ ਸਕਦਾ ਅਤੇ ਕਿਵੇਂ ਵਰਤਿਆ ਜਾ ਸਕਦਾ? ਮੋਸਟਲੀ ਸਾਰੇ ਸਕੂਲਸ ਵਿੱਚ ਹੈ, ਮੈਂ ਇਹ ਨਹੀਂ ਗਰੰਟੀ ਨਾਲ ਮੈਨੂੰ ਕੋਟ ਨਾ ਕਰਨਾ ਕਿ 100% ਹੀ ਨੇ ਜੀ, ਪਰ ਰਿਕੁਆਇਰਡ ਤਾਂ ਹੁੰਦੇ ਆ, ਰਿਸੋਰਸ ਟੀਚਰ ਜਾਂ ਗਾਈਡੈਂਸ ਕਾਉਂਸਲਰ ਸਕੂਲ 'ਚ ਮਸਟ ਹੈ। ਜੇ ਨਹੀਂ ਉਹ ਅਰੇਂਜ ਕਰ ਸਕਦੇ, ਕਈ ਵਾਰ ਸਕੂਲ ਇਸ ਤਰ੍ਹਾਂ 3-4 ਸਕੂਲਸ ਇਕੱਠੇ ਕੰਬਾਈਨ ਕਰਕੇ ਇੱਕ ਰਿਸੋਰਸ ਟੀਚਰ ਹਾਇਰ ਕਰ ਲੈਂਦੇ ਆ, ਫਿਰ ਉਹਨਾਂ ਦੇ ਵੀਕਲੀ ਟ੍ਰਿਪਸ ਹੁੰਦੇ ਆ, ਸਕੂਲ ਸਾਈਕੋਲੋਜਿਸਟ ਵੀ ਹੁੰਦੇ ਆ, ਸੋਸ਼ਲ ਵਰਕਰ ਵੀ ਹੁੰਦੇ ਆ, ਫਿਜ਼ੀਓਥੈਰੇਪਿਸਟ, ਮਤਲਬ ਸਕੂਲ ਹਰ ਕੋਸ਼ਿਸ਼ ਕਰਦਾ ਕਿ ਤੁਹਾਡੇ ਬੱਚੇ ਨੂੰ ਹਰ ਤਰ੍ਹਾਂ ਦੀ ਫੈਸਿਲਿਟੀ ਪ੍ਰੋਵਾਈਡ ਕੀਤੀ ਜਾਏ। ਉਹ ਸਾਰੇ ਯੂਨੀਵਰਸਿਟੀ ਕੋਰਸਿਸ ਦੇ ਥਰੂ ਸਾਰੇ ਲਾਇਸੈਂਸਡ ਹੁੰਦੇ ਆ, ਉਹਨਾਂ ਨੂੰ ਸਾਰੇ ਲੈਵਲ ਸਾਈਕੋਲੋਜੀ ਸਾਰੇ ਲੈਵਲ ਤੁਹਾਡੇ ਬੱਚਿਆਂ ਦੇ ਪਤਾ ਹੁੰਦੇ, ਉੱਥੇ ਤੁਹਾਡੀ ਸਪੋਰਟ ਕਰਨ ਲਈ ਨਹੀਂ, ਤੁਹਾਡੀ ਹੈਲਪ ਕਰਨ ਲਈ ਹੁੰਦੇ ਨੇ ਜੀ। ਇੱਕ ਬੜੀ ਇੰਪੋਰਟੈਂਟ ਗੱਲ
$2 ਦੀ ਕਾਫੀ ਹੈ ਤਾਂ 57 ਨਾਲ ਗੁਣਾ ਕਰਕੇ ਆਪਾਂ ਕਹਿੰਦੇ ਹਾਂ ਨਾ $114 ਦੀ ਬਣ ਗਈ ਹੈ ਨਾ। ਹਰ ਚੀਜ਼ ਨੂੰ ਕੰਪੇਅਰ ਕਰਦੇ ਹਾਂ ਅਸੀਂ, ਆਪਣੇ ਦੇਸ਼ ਨੂੰ ਕੰਪੇਅਰ ਕਰਦੇ ਹਾਂ ਅਸੀਂ, ਆਪਦੇ ਰੋਟੀ ਪਾਣੀ ਨੂੰ, ਪਹਿਰਾਵੇ ਨੂੰ ਕੰਪੇਅਰ ਕਰਦੇ ਹਾਂ, ਸਾਰੀਆਂ ਚੀਜ਼ਾਂ ਨੂੰ ਕੰਪੇਅਰ ਕਰਦੇ ਹਾਂ ਨਾ। ਹੁਣ ਸਕੂਲ ਸਿਸਟਮ ਨੂੰ ਵੀ ਕੰਪੇਅਰ ਕਰਦੇ ਹਾਂ ਅਸੀਂ, ਯੂਨੀਵਰਸਿਟੀ ਸਿਸਟਮ ਨੂੰ ਵੀ ਕੰਪੇਅਰ ਕਰਦੇ ਹਾਂ। ਜਿਹੜਾ ਸਕੂਲ ਸਿਸਟਮ ਆ ਉੱਥੇ ਰੱਟਾ ਲਾਉਣ ਵਾਲਾ ਸੀਗਾ, ਤੁਹਾਡੇ ਨੰਬਰ ਕਿੰਨੇ ਆਉਂਦੇ ਆ, ਤੁਸੀਂ ਕੁਐਸਚਨ ਯਾਦ ਕਰਕੇ ਪੇਪਰ ਦੇ ਵਿੱਚ ਕਿੰਨੇ ਕੀਤੇ, ਉੱਥੇ ਅਧਿਆਪਕ ਤੋਂ ਮੈਂ ਡਰਦਾ ਸੀ, ਮੇਰੇ ਬੱਚੇ ਵੀ ਡਰਦੇ ਸੀ। ਉਹ ਸੰਡੇ ਨੂੰ ਉਡੀਕਦੇ ਸੀ ਛੁੱਟੀ ਕਦੋਂ ਹੋਊਗੀ, ਇੱਥੇ ਬੱਚੇ ਮੰਡੇ ਨੂੰ ਉਡੀਕਦੇ ਆ। ਕਿਹੜੀ ਗਿੱਦੜ ਸਿੰਘੀ ਹੈ, ਕਿਹੜਾ ਸਿਸਟਮ ਹੈ ਜਿਹੜਾ ਸਾਡੇ ਬੱਚਿਆਂ ਨੂੰ ਅਟਰੈਕਟ ਕਰਦਾ ਵੀ ਮੈਂ ਤਾਂ ਸਕੂਲ ਜਾਣਾ, ਉੱਥੇ ਅਸੀਂ ਕੰਧ ਟੱਪ ਕੇ ਸਕੂਲੋਂ ਭੱਜਦੇ ਸੀ। ਕੀ ਡਿਫਰੈਂਸ ਕੀ ਹੈ, ਡਿਫਰੈਂਸ ਕੀ ਹੈ? ਸਕੂਲ ਸਿਸਟਮ ਇੱਥੇ ਬਹੁਤ ਓਪਨ ਹੈ, ਜਿਵੇਂ ਮੈਂ ਇੰਡੀਆ ਵੀ ਪੜ੍ਹਾਇਆ ਹੋਇਆ, ਮੈਂ ਇੱਥੇ ਯੂਨੀਵਰਸਿਟੀ ਵੀ ਪੜ੍ਹਾਇਆ, ਸਕੂਲ ਵੀ ਪੜ੍ਹਾਇਆ, ਬਟ ਇੱਥੇ ਬਿਲਕੁਲ ਓਪਨ ਸਿਸਟਮ ਹੈ। ਬੱਚੇ ਬਹੁਤ ਇੰਜੋਏ ਕਰਦੇ ਸਕੂਲ ਦੇ, ਇੰਨੀਆਂ ਹੈਂਡਸ ਔਨ ਐਕਟੀਵਿਟੀ, ਤੁਸੀਂ ਦੇਖੋ ਕੋਈ ਚਿੰਤਾ ਹੀ ਨਹੀਂ ਬੱਚੇ ਨੂੰ ਕਿ ਰੱਟੇ ਲਗਾਉਣੇ ਆ, ਟੈਸਟ ਹੈ ਹਰ ਟਾਈਮ। ਜਿਵੇਂ ਮੇਰੀ ਸਾਇੰਸ ਕਲਾਸਿਸ ਵਿੱਚ ਮੋਸਟਲੀ ਕੀ ਹੁੰਦਾ ਕਿ ਮਾਡਲ ਬਣਾ ਲਏ ਉਹਨਾਂ ਨੇ, ਪ੍ਰੋਜੈਕਟ ਕਰਤੇ, ਗਰੁੱਪ ਡਿਸਕਸ਼ਨਸ ਹੋ ਗਈਆਂ, ਇਹ ਵਾਲੇ ਕਲਾਸਰੂਮ ਦੇ ਵਿੱਚ ਕਰਦੇ। ਉੱਥੇ ਆਪਣੇ ਇੰਡੀਆ 'ਚ ਕੀ ਹੁੰਦਾ ਸੀ, ਸਾਇੰਸ ਦੇ ਟੈਸਟ ਹੋ ਗਏ, ਕੁਇਜ਼ਿਜ਼ ਹੋ ਗਏ, ਇਗਜ਼ਾਮ ਦੇ, ਅਤੇ ਫਿਰ ਆਪਣੇ ਐਨੂਅਲ ਸਿਸਟਮ ਹੁੰਦਾ ਸੀ, ਜਾਂ ਪਾਸ ਜਾਂ ਫੇਲ, ਫਿਰ ਉਹਨੂੰ ਰਿਪੀਟ ਕਰਨੇ ਪੈਂਦੇ ਸੀ। ਪਰ ਅਗੇਨ ਉਹਨਾਂ ਨੂੰ ਕੋਈ ਇੱਥੇ ਚਿੰਤਾ ਇੰਨੀ ਹੈ ਹੀ ਨਹੀਂ। ਇੱਥੇ ਸਾਰੇ, ਇੱਥੇ ਸੋਸ਼ਲਾਈਜੇਸ਼ਨ, ਗਰੁੱਪ ਸਟੱਡੀਜ਼, ਇਹ ਬੱਚਿਆਂ ਨੂੰ ਆਪਾਂ ਪ੍ਰਮੋਟ ਕਰਦੇ ਹਾਂ, ਤਾਂ ਕਰਕੇ ਬੱਚੇ ਵੇਟ ਕਰਦੇ ਕਿ ਕਦੋਂ ਸਕੂਲ ਜਾਈਏ, ਘਰੇ ਕੀ ਕਰਨਾ ਉਹਨਾਂ ਨੇ, ਘਰੇ ਕੁਛ ਨਹੀਂ ਕਰਨਾ। ਇੱਥੇ ਸਕੂਲ ਆ ਕੇ ਤਾਂ ਐਕਟੀਵਿਟੀਜ਼ ਹੋਰ ਕਰਦੇ ਆ, ਆਪਣੇ ਫਰੈਂਡਸ ਨੂੰ ਮਿਲਦੇ ਆ, ਲੰਚ ਟਾਈਮ ਹੋਰ ਐਕਟੀਵਿਟੀ, ਜਿਮ ਕਲਾਸਿਸ, ਫਰੈਂਚ ਕਲਾਸਿਸ, ਇੰਗਲਿਸ਼ ਕਲਾਸਿਸ, ਮਿਊਜ਼ਿਕ ਕਲਾਸਿਸ, ਲਾਈਕ ਵਰਾਇਟੀ। ਐਂਡ ਅਗੇਨ ਐਟ ਦ ਸੇਮ ਟਾਈਮ ਕਿ ਡਿਫਰੈਂਟ ਟੀਚਰਸ, ਇੱਕੋ ਹੀ ਸਾਰਾ ਟਾਈਮ ਇੱਕੋ ਹੀ ਟੀਚਰ ਨੇ ਕਲਾਸ 'ਚ ਇੱਥੇ ਬੈਠੇ ਹੁੰਦੇ, ਇੱਥੇ ਸਬਜੈਕਟ, ਮੋਸਟਲੀ ਸਬਜੈਕਟ ਸਪੈਸ਼ਲਿਸਟ ਹੁੰਦੇ ਸਕੂਲ ਦੇ ਵਿੱਚ। ਇੱਕ ਹੋਰ ਚੀਜ਼ ਦੱਸੋ, ਜਿਹੜੀ ਨਾ ਜਦੋਂ ਅਧਿਆਪਕਾਂ ਨਾਲ ਗੱਲ ਕਰਦੇ ਹਾਂ, ਮਤਲਬ ਤੁਹਾਡੀ ਜਿਹੜੀ ਐਜੂਕੇਸ਼ਨ ਦੀ ਜਿਹੜੀ ਰੀਸਰਚ ਬੇਸਡ ਫਿਲੋਸਫੀ ਇੱਕ ਡਿਵੈਲਪ ਹੁੰਦੀ ਹੈ ਕਿ ਤੁਸੀਂ ਬੱਚਿਆਂ ਨੂੰ ਕਿਵੇਂ ਪੜ੍ਹਾਉਣਾ, ਜੇ ਮੈਂ ਆਪਣੇ ਬੱਚੇ ਦੀ ਪੇਰੈਂਟ ਟੀਚਰ ਮੀਟਿੰਗ 'ਤੇ ਜਾਂਦਾ ਤਾਂ ਮੇਰਾ ਸਵਾਲ ਇਹ ਹੁੰਦਾ ਵੀ ਜੇ 20 ਬੱਚੇ ਨੇ ਤੁਹਾਡੇ ਕਲਾਸ ਦੇ ਵਿੱਚ ਤਾਂ ਮੇਰਾ ਬੱਚਾ 99 ਕੁ ਨੰਬਰ 'ਤੇ ਹੈ, ਵੀ ਪਹਿਲੇ 3-4 'ਚ ਹੈ ਜਾਂ ਪਿਛਲਿਆਂ 'ਚ ਹੈ ਜਾਂ ਨਲਾਇਕ ਹੈ, ਮਿਡੋਕਰ ਹੈ ਜਾਂ ਇੰਟੈਲੀਜੈਂਟ ਹੈ ਨਾ। ਆਪਾਂ ਪਹਿਲਾਂ ਇਹ ਸਵਾਲ ਪੁੱਛਦੇ ਹਾਂ, ਟੀਚਰ ਕੋਲ ਜਵਾਬ ਦੇਖੋ ਕਿਵੇਂ ਦਿੰਦੇ ਆ। ਉਹ ਕਹਿੰਦੇ ਵੀ ਆਈ ਵਾਂਟ ਕੰਪੇਅਰ ਹਿਮ ਵਿਦ ਅਦਰ ਕਿਡਸ, ਆਈ ਵੁੱਡ ਕੰਪੇਅਰ ਹਿਮ ਹੂ ਹੀ ਵਾਜ਼ ਯੈਸਟਰਡੇ। ਮਤਲਬ ਹੁਣ ਇੱਥੋਂ ਇੱਕ ਗੱਲ ਹੋਰ ਜਿਹੜੀ ਹੈ ਨੁਕਤਾ ਫੜਿਆ ਜਾਂਦਾ, ਉਹ ਨੁਕਤਾ ਇਹ ਫੜਿਆ ਜਾਂਦਾ, ਉਹ ਕਹਿੰਦੇ ਕੰਪੀਟੀਸ਼ਨ ਕਰਾਉਣਾ ਨਹੀਂ ਚਾਹੀਦਾ। ਅਸੀਂ ਭੰਗੜੇ ਕਿੱਥੇ ਦੇ ਕੰਪੀਟੀਸ਼ਨ ਕਰਾਉਣੇ ਹਾਂ, ਅਸੀਂ ਅਕੈਡੈਮਿਕ ਕੰਪੀਟੀਸ਼ਨ ਕਰਾਉਣੇ ਹਾਂ, ਅਸੀਂ ਭਾਸ਼ਣ ਮੁਕਾਬਲੇ ਕਰਾਉਣੇ ਹਾਂ। ਜਿਹੜੇ ਲੋਕ ਕੈਨੇਡੀਅਨ ਜਾਂ ਨੌਰਥ ਅਮੈਰੀਕਨ ਐਜੂਕੇਸ਼ਨ ਸਿਸਟਮ ਨਾਲ ਜੁੜੇ ਹੋਏ ਆ, ਉਹ ਕਹਿੰਦੇ ਕਰਾਓ ਹੀ ਨਾ, ਇੱਕ ਬੱਚਾ ਫਸਟ ਆ ਗਿਆ ਬਾਕੀ ਡਿਸਕਰੇਜ ਹੁੰਦੇ ਆ। ਕੀ ਕੀ ਅਸੀਂ ਇਸ ਪਾਸੇ ਨੂੰ ਜਾ ਰਹੇ ਹਾਂ, ਕੈਨੇਡੀਅਨ ਐਜੂਕੇਸ਼ਨ ਸਿਸਟਮ ਹੈ ਜਿਹੜਾ ਕਿ ਕੰਪੀਟੀਸ਼ਨ ਨੂੰ ਡਿਸਕਰੇਜ ਕਰ ਰਿਹਾ, ਜੇ ਕਰ ਰਿਹਾ ਤਾਂ ਉਹ ਅਲਟਰਨੇਟਿਵ ਕੀ ਦੇ ਰਿਹਾ? ਇਹ ਇਨਕਲੂਸਿਵ ਐਜੂਕੇਸ਼ਨ ਨੂੰ ਕਰਦੇ ਕੈਨੇਡੀਅਨ ਸਿਸਟਮ, ਇਨਕਲੂਸਿਵ all what inclusive. Is that all inclusive ke sare ki one size does not fit all right they start where they are jithe hage ne start utho hi start karna chahiye bacche de skills na abilities na utho start karo eh nahi ki bacche nu tag kar do maybe one of those days ki aur bachcha nahi theek hai ga ya unnu thodi hor support di lod hai gi hai fir assi us de according unnu modify kar dene test nu unnu adaptation kar dene test nu ta sadi main kosh hai ki bachcha learn kare ਅਸੀਂ ਉਹਨੂੰ ਟੈਗ ਨਹੀਂ ਕਰਨਾ ਚਾਹੁੰਦੇ ਜਸਟ ਬਿਕੋਜ਼ ਕੋਈ ਅਸੀਂ ਇੰਨੀ ਠੀਕ ਹੈ ਕੰਪੀਟੀਸ਼ਨ ਬਹੁਤ ਜ਼ਰੂਰੀ ਵੀ ਹੈ ਕਿ ਲਾਈਫ 'ਚ ਗਰੋ ਕਰਨ ਲਈ ਕੰਪੈਟੀਟਿਵ ਸਕਿੱਲਸ ਹੋਣੇ ਵੀ ਚਾਹੀਦੇ ਆ ਪਰ ਅਸੀਂ ਉਹਨੂੰ ਅਗੇਨ ਐਟ ਦ ਸੇਮ ਟਾਈਮ ਡੀਮੋਰਲਾਈਜ਼ ਵੀ ਨਹੀਂ ਕਰਨਾ ਚਾਹੁੰਦੇ ਕਿ ਜਸਟ ਬਿਕੋਜ਼ ਫਸਟ ਸੈਕਿੰਡ ਥਰਡ ਕਰਕੇ ਵੀ ਔਨ ਇਨਕਲੂਸਿਵ ਐਜੂਕੇਸ਼ਨ ਹੈ ਕੈਨੇਡਾ ਸਿਸਟਮ। ਪਰ ਇੱਕ ਚੀਜ਼ ਹੋਰ ਦੇਖੀਏ, ਦੇਖੋ ਕਿਸੇ ਵੀ ਸਿਸਟਮ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਦਿਸ ਸਿਸਟਮ ਕੈਨ ਰਿਪਲੇਸ ਦ ਅਦਰ ਸਿਸਟਮ, ਵੀ ਉਹ ਜਾਂ ਇੰਡੀਅਨ ਸਿਸਟਮ ਜਾਂ ਕੈਨੇਡੀਅਨ ਸਿਸਟਮ ਇੱਕ ਚੰਗਾ ਇੱਕ ਮਾੜਾ ਨਹੀਂ ਕਹਿ ਸਕਦੇ, ਕੋਈ ਚੀਜ਼ ਕਿਸੇ 'ਚ ਚੰਗੀ ਹੈ, ਕੋਈ ਚੀਜ਼ ਕਿਸੇ 'ਚ ਚੰਗੀ ਹੈ। ਜਿੰਨਾ ਕੁ ਮੇਰਾ ਤਜਰਬਾ ਹੈ, ਜਿੰਨਾ ਕੁ ਮੈਂ ਬੱਚਿਆਂ ਨਾਲ ਡੀਲ ਕੀਤਾ, ਮੈਂ ਹੁਣ ਵੀ ਬੱਚਿਆਂ ਨੂੰ ਕਲਚਰਲ ਐਜੂਕੇਸ਼ਨ ਦਿੰਦਾ, ਡਾਂਸ ਦੀ ਐਜੂਕੇਸ਼ਨ ਦਿੰਦਾ, ਜਿੰਨਾ ਚਿਰ ਤੁਸੀਂ ਕੰਪੀਟੀਸ਼ਨ ਅਨਾਊਂਸ ਨਹੀਂ ਕਰਦੇ ਉਹਨਾਂ ਚਿਰ ਉਹਨਾਂ 'ਚ ਐਨਰਜੀ ਨਹੀਂ ਆਉਂਦੀ। ਐਕਚੁਅਲੀ ਦੇ ਹੈਵ ਨੋ ਗੋਲ। ਮੈਂ ਸੇਮ ਉਹੀ ਸਾਇੰਸ ਫੇਅਰ ਦੀ ਗੱਲ ਜਾਊਂਗੀ ਰਾਈਟ ਕਿ ਸਾਇੰਸ ਵਿੱਚ ਅਗੇਨ ਕੰਪੀਟੀਸ਼ਨ ਤਾਂ ਬਹੁਤ ਜ਼ਰੂਰੀ ਹੈ ਰਾਈਟ, ਤਾਂ ਕਿ ਆਪਾਂ ਬੈਸਟ ਉਹਨਾਂ ਨੂੰ ਆਨਰ ਵੀ ਕਰ ਸਕੀਏ, ਤਾਂ ਕਿ ਬੈਸਟ ਤੁਸੀਂ ਕਿਹਾ ਕੰਪੀਟੀਸ਼ਨ, ਤਾਂ ਕਿ ਬਾਕੀ ਬੱਚੇ ਦੂਸਰੇ ਬੱਚਿਆਂ ਨੂੰ ਮੋਟੀਵੇਸ਼ਨ ਮਿਲੇ ਰਾਈਟ। ਇਸ ਕਰਕੇ ਕੰਪੀਟੀਸ਼ਨ ਜ਼ਰੂਰੀ ਹੈ, ਫਸਟ ਸੈਕਿੰਡ ਥਰਡ ਅਵਾਰਡ ਆਪਾਂ ਕਰਦੇ ਹਾਂ ਤਾਂ ਕਿ ਰਿਵਾਰਡ ਅਕੋਰਡਿੰਗ ਟੂ ਦੈਟ ਵਨ। ਪਰ ਦੇਖੋ ਜਿਹੜੇ ਬੱਚੇ ਕਿਸੇ ਪੋਜੀਸ਼ਨ 'ਤੇ ਨਹੀਂ ਆਏ ਨਾ, ਖਾਸ ਤੌਰ 'ਤੇ ਛੋਟੇ ਬੱਚੇ ਜਿਹੜੇ 6-6, 7-7 ਸਾਲਾਂ ਦੇ ਬੱਚੇ, ਆਪਾਂ ਹਰ ਪਾਸੇ ਉਹਨਾਂ ਨੂੰ ਕੰਪੀਟ ਕਰਵਾਉਂਦੇ ਹਾਂ, ਸਪੋਰਟਸ ਦੇ ਵਿੱਚ ਵੀ ਕਰਵਾਉਂਦੇ ਹਾਂ ਹੈ ਨਾ, ਸਪੋਰਟਸ ਦੇ ਵਿੱਚ ਤਾਂ ਜਿੱਤ ਹਾਰ ਹੁੰਦੀ ਹੁੰਦੀ ਹੈ, ਤਾਂ ਫਿਰ ਉਹ ਜਿਹੜੇ ਬੱਚੇ ਕਿਸੇ ਪੋਜੀਸ਼ਨ 'ਤੇ ਨਹੀਂ ਪਹੁੰਚੇ ਉਹ ਡਿਸਕਰੇਜ ਨਾ ਹੋਣ, ਉਹਦੇ ਲਈ ਕੀ ਅਲਟਰਨੇਟਿਵਸ, ਉਹ ਉਹਨਾਂ ਦੀ ਡਿਸਕਰੇਜਮੈਂਟ
ਕਿਵੇਂ ਬਚਾਈ ਜਾ ਸਕਦੀ ਹੈ? ਅਗੇਨ ਸਪੋਰਟਸਮੈਨਸ਼ਿਪ ਦੀ ਉਹਨਾਂ 'ਚ ਭਾਵਨਾ ਆਪਾਂ ਨੂੰ ਕ੍ਰੀਏਟ ਕਰਨੀ ਚਾਹੀਦੀ ਹੈ, ਕਿਉਂਕਿ ਉਹ ਤਾਂ ਕਿ ਜੇ ਬਹੁਤ ਜ਼ਿਆਦਾ ਜਿੱਤ ਵੀ ਜਾਣ ਤਾਂ ਉਹਨੂੰ ਵੀ ਥੋੜ੍ਹੇ ਨੋਰਮਲੀ ਲੈਣ, ਜੇ ਲੂਜ਼ ਕਰ ਜਾਣ ਤਾਂ ਵੀ ਨੋਰਮਲੀ ਲੈਣ। ਲਰਨਿੰਗ ਪ੍ਰੋਸੈਸ ਹੋਣਾ ਚਾਹੀਦਾ ਕਿ ਮੈਂ ਇਸ ਤੋਂ ਲਰਨ ਕੀ ਕੀਤਾ, ਮੈਂ ਇਸ ਤੋਂ ਗੇਨ ਕੀ ਕੀਤਾ। ਇਹ ਨਹੀਂ ਕਿ ਮੈਂ ਜਿੱਤਣਾ ਹੀ ਜਿੱਤਣਾ, ਇਹ ਵੀ ਮੇਰੀ ਈਗੋ ਹਰਟ ਹੋਏਗੀ, ਇਹ ਭਾਵਨਾ ਨਹੀਂ ਬੱਚੇ ਚਾਹੀਦੀ। ਇਹ ਬਹੁਤ ਜ਼ਰੂਰੀ ਹੈ, ਇਹ ਅਗੇਨ ਮੈਂ ਬਾਰ ਬਾਰ ਐਮਫਸਾਈਜ਼ ਕਰੂੰਗੀ, ਇਹ ਟੀਚਰਸ ਪਰਸਨੈਲਿਟੀ 'ਤੇ ਡਿਪੈਂਡ ਕਰਦਾ। ਸੋ ਮਿੱਤਰ ਪਿਆਰਿਓ, ਜਿਵੇਂ ਪੰਜਾਬੀ ਦੇ ਵਿੱਚ ਕਹਿੰਦੇ ਨਾ ਕਿ ਹਾਰ 'ਚ ਵੀ ਹੁੰਦਾ ਹੈ ਸਵਾਦ ਵਿੱਚ ਪਾਈ ਆ, ਬੱਚਿਆਂ ਨੂੰ ਹਾਰਨਾ ਵੀ ਸਿਖਾਉਣਾ ਚਾਹੀਦਾ ਤਾਂ ਕਿ ਜੋ ਜ਼ਿੰਦਗੀ ਦੀ ਰੀਅਲ ਦੌੜ ਹੈ, ਜਿਹੜੀ ਅਸਲੀ ਮਸਲੇ ਨੇ, ਉਹਨਾਂ ਦੇ ਵਿੱਚ ਹਾਰ ਜਾਣ ਤਾਂ ਉਹ ਹੌਂਸਲਾ ਨਾ ਹਾਰਨ। ਕਿਸੇ ਸਪੋਰਟਸ ਈਵੈਂਟ ਦੇ ਵਿੱਚ ਬੱਚਾ ਹਾਰ ਗਿਆ ਤਾਂ ਉਹਨੂੰ ਹਾਰ ਹੈਂਡਲ ਕਰਨੀ ਆ ਜਾਂਦੀ ਹੈ। ਕਿਸੇ ਭੰਗੜੇ ਗਿੱਧੇ ਦੇ ਕੰਪੀਟੀਸ਼ਨ ਦੇ ਵਿੱਚ ਬੱਚਾ ਹਾਰ ਗਿਆ, ਸਾਇੰਸ ਫੇਅਰ ਦੇ ਵਿੱਚ ਹਾਰ ਗਿਆ, ਤਾਂ ਉਹਨੂੰ ਇਹ ਸਮਝ ਆ ਜਾਂਦੀ ਹੈ ਕਿ ਹਾਰ ਦੀ ਪੀੜ ਕੀ ਹੁੰਦੀ ਹੈ, ਹਾਰ ਨੂੰ ਮੈਨੇਜ ਕਿਵੇਂ ਕਰਨਾ, ਹਾਰ ਨੂੰ ਡੀਲ ਕਿਵੇਂ ਕਰਨਾ। ਸੋ ਹਮੇਸ਼ਾ ਹੀ ਜਿੱਤਣਾ, ਹਰ ਕੋਈ ਨਹੀਂ ਜਿੱਤਦਾ, ਇੱਕ ਹੀ ਜਿੱਤਦਾ ਨਾ, ਬਾਕੀ ਹਾਰਦੇ ਨੇ। ਸੋ ਸਾਨੂੰ ਇਹ ਵੀ ਟ੍ਰੇਨਿੰਗ ਆਪਣੇ ਬੱਚਿਆਂ ਨੂੰ ਦੇਣੀ ਚਾਹੀਦੀ, ਆਪਣੇ ਆਪ ਨੂੰ ਵੀ ਦੇਣੀ ਚਾਹੀਦੀ ਹੈ ਕਿ ਹਾਰਨਾ ਕਿਵੇਂ ਆ ਅਤੇ ਹਾਰ ਦਾ ਆਨੰਦ ਕਿਵੇਂ ਲੈਣਾ। ਡਾਕਟਰ ਬਜਾਜ, ਅਗਲੀ ਗੱਲ ਆਪਾਂ ਇਹ ਕਰਦੇ ਹਾਂ ਜੀ, ਜਿਹੜਾ ਮੈਨੀਟੋਬਾ ਦਾ ਜਾਂ ਕੈਨੇਡੀਅਨ ਨੌਰਥ ਅਮੈਰੀਕਨ ਸਿਸਟਮ ਆਫ ਇਵੈਲੂਏਸ਼ਨ ਬੱਚਿਆਂ ਦਾ ਸਕੂਲਾਂ ਦੇ ਵਿੱਚ, ਆਪਣੇ ਤਾਂ ਇਹ ਹੁੰਦਾ ਸੀਗਾ ਕਿ ਅਸੀਂ ਫਾਈਨਲ ਪੇਪਰ ਦੇ ਤਾ, ਫਾਈਨਲ ਪੇਪਰ ਦੇ ਵਿੱਚ ਜਿਹਦੇ 90 ਨੰਬਰ ਆ ਗਏ ਉਹਦਾ ਏ ਗ੍ਰੇਡ ਆ ਗਿਆ, ਜਿਹਦੇ 80 ਆ ਗਏ ਬੀ ਗ੍ਰੇਡ ਆ ਗਿਆ, 85 ਆ ਗਏ, ਉਸ ਢੰਗ ਨਾਲ ਆਪਾਂ ਕਿੰਨੇ ਪਰਸੈਂਟ ਮਤਲਬ ਬੱਚਿਆਂ ਦੇ ਤੁਹਾਡੇ ਆਏ ਨੇ, ਇੱਥੇ ਕਿਵੇਂ ਵਰਕ ਕਰਦਾ ਜੀ ਸਿਸਟਮ? ਹਾਂ, ਉੱਥੇ ਹੁਣ ਅਸੀਂ 33% 40% ਤੱਕ ਆਪਣੇ ਪਾਸ ਮਾਰਕਸ ਹੁੰਦੇ ਸੀ ਜੀ, ਪਰ ਇੱਥੇ ਮਿਕਸਚਰ ਹੁੰਦਾ, ਇੱਥੇ ਅਸੀਂ ਇਕੱਲਾ ਰਿਟਨ ਟੈਸਟ ਨਹੀਂ ਹੁੰਦਾ, ਇੱਥੇ ਕੁਇਜ ਟੈਸਟ, ਫਾਈਨਲ ਮਾਰਕਸ, ਬਾਕੀ ਕਲਾਸਰੂਮ ਐਕਟੀਵਿਟੀਜ਼, ਓਬਜ਼ਰਵੇਸ਼ਨ, ਕ੍ਰਿਟੀਕਲ ਥਿੰਕਿੰਗ, ਇਹ ਸਾਰੀਆਂ ਮਿਕਸਚਰ। ਇਹ ਹੁਣ ਸਕੂਲ 'ਤੇ ਡਿਪੈਂਡ ਕਰਦਾ, ਜੇ ਆਪਾਂ ਕਹੀਏ ਮੈਨੀਟੋਬਾ ਐਜੂਕੇਸ਼ਨ, ਗ੍ਰੇਡ 8 ਤੱਕ ਤਾਂ ਰਿਕੁਆਇਰਡ ਹੈ ਨਹੀਂ ਐਗਜ਼ਾਮਸ, ਪੇਪਰ ਹੀ ਨਾ ਲਓ, ਪੇਪਰ ਹੀ ਨਾ ਲਓ, ਤਾਂ ਫਿਰ ਦੱਸਣਾ ਕਿਵੇਂ ਇੱਥੇ ਬੱਚਾ ਕਿਸ ਲੈਵਲ? ਹਾਂਜੀ, ਇਹ ਉਹੀ ਗੱਲ ਹੈ, ਇਹ ਹੁਣ ਅਗੇਨ ਆਪਣੇ ਵੀਕਲੀ ਟੈਸਟ ਹੁੰਦੇ ਆ, ਵੀਕਲੀ ਕੁਇਜ਼ ਹੁੰਦੇ ਆ, ਉਹਦੇ ਅਕੋਰਡਿੰਗ ਅਸੀਂ ਮਾਰਕਸ ਸਾਰੇ ਐਡ ਕਰ ਦਿੰਦੇ ਹਾਂ। ਲਾਈਕ ਮੈਂ ਆਪਣਾ ਸਿਸਟਮ ਜਿਹੜਾ ਹੈਗਾ, ਮੇਰਾ ਔਨਲਾਈਨ ਸਿਸਟਮ ਹੈ, ਬਿਲਕੁਲ ਟਰਾਂਸਪੇਰੈਂਟ ਸਿਸਟਮ ਹੈ, ਮੇਰੀ ਆਪਣੀ ਵੈਬਸਾਈਟ ਹੈ, ਉਸ 'ਚ ਪੇਰੈਂਟਸ ਜਦੋਂ ਮਰਜ਼ੀ 24/7 ਬੱਚਿਆਂ ਦੇ ਗ੍ਰੇਡ ਦੇਖ ਸਕਦੇ ਆ, ਉਹਨਾਂ ਕੋਲ ਪਾਸਵਰਡ ਹੈ, ਮੇਰੇ ਨਾਲ ਚੈਟਿੰਗ ਹੈ, ਮੇਰੇ ਨਾਲ ਕੋਰਸਪੋਂਡ ਕਰ ਸਕਦੇ ਆ। ਪਰ ਅਗੇਨ ਆਪਣੇ ਕਈ ਸੀਨੀਅਰ ਟੀਚਰ ਵੀ ਹੈਗੇ ਨੇ ਜਿਨ੍ਹਾਂ ਨੂੰ ਔਨਲਾਈਨ ਜ਼ਿਆਦਾ ਨਹੀਂ ਯੂਜ਼ ਕਰਦੇ, ਉਹ ਪੇਪਰ ਯੂਜ਼ ਕਰਦੇ, ਪੇਪਰ ਤੁਸੀਂ ਜੇ ਕੁਇਜ਼ ਟੈਸਟ ਮਾਰਕਸ ਸਾਰੇ ਐਡ ਕਰਕੇ ਉਹਨਾਂ ਨੂੰ ਅਸੀਂ ਗ੍ਰੇਡ ਦੱਸ ਦਿੰਦੇ ਹਾਂ ਕਿ ਤੁਹਾਡੇ 80% ਹੈ ਕਿ 90% ਹੈਗੇ ਗ੍ਰੇਡ। ਬਟ ਆਫਟਰ ਗ੍ਰੇਡ 9 ਇੱਥੇ ਐਗਜ਼ਾਮਸ ਹੁੰਦੇ ਆ, ਪ੍ਰੋਮੋਸ਼ਨਲ ਐਗਜ਼ਾਮਸ, ਉਹ ਪ੍ਰਾਈਵੇਟ ਸਕੂਲਸ ਲਈ ਵੀ ਹੁੰਦੇ ਆ, ਪਬਲਿਕ ਸਕੂਲਸ ਲਈ ਵੀ ਹੁੰਦੇ ਆ, ਬਟ ਅਪ ਟੂ ਗ੍ਰੇਡ 8 ਕੋਈ ਐਗਜ਼ਾਮ ਨਹੀਂ ਹੁੰਦਾ ਹੈਗਾ ਇੱਥੇ। ਜਦੋਂ ਦੇਖੋ ਐਕੇਡੈਮਿਕ ਸਕਿੱਲਸ ਤਾਂ ਤੁਸੀਂ ਬੱਚੇ ਦੇ ਦੇਖ ਲਏ, ਉਹਦੀ ਕ੍ਰਿਟੀਕਲ ਥਿੰਕਿੰਗ ਕਿੰਨੀ ਹੈ, ਉਹਨੂੰ ਮੈਥਮੈਟਿਕਸ ਦੇ ਵਿੱਚ ਅਲਜਬਰਾ ਆਉਂਦਾ ਹੈ, ਕੈਲਕੂਲਸ ਆਉਂਦਾ ਹੈ, ਜਾਂ ਸਾਇੰਸ ਦੇ ਵਿੱਚ ਉਹਨੂੰ ਬਾਇਓ ਆਉਂਦੀ ਹੈ, ਫਿਜਿਕਸ ਜਾਂ ਕੈਮਿਸਟਰੀ ਕਿੰਨੀ ਆਉਂਦੀ ਹੈ, ਤੁਸੀਂ ਆਪਣੀ ਓਬਜ਼ਰਵੇਸ਼ਨ, ਤੁਹਾਡੇ ਕਲਾਸ ਟੈਸਟ, ਤੁਹਾਡੀਆਂ ਇੰਟਰੈਕਸ਼ਨਸ ਦੇ ਬੇਸ 'ਤੇ ਬੱਚੇ ਨੂੰ ਗ੍ਰੇਡ ਕਰਕੇ ਦੱਸਦਾ ਵੀ ਤੁਹਾਡਾ ਬੱਚਾ ਇਸ ਲੈਵਲ ਦਾ। ਵਟ ਅਬਾਊਟ ਅਦਰ ਜਿਹੜੇ ਤੁਹਾਡੇ ਪਰਸਨੈਲਿਟੀ ਸਕਿੱਲਸ ਨੇ, ਕਿ ਉਹਨਾਂ ਨੂੰ ਕਦੇ ਤੁਸੀਂ ਟੱਚ ਕਰਦੇ ਹੋ? ਪਰਸਨੈਲਿਟੀ ਟ੍ਰੇਸ ਵੀ ਅਸੀਂ ਚੈੱਕ ਕਰਦੇ ਹਾਂ, ਮੋਰਲ ਵੈਲਿਊਜ਼, ਐਥਿਕਸ, ਕਿੰਨਾ ਹੈਲਪਫੁਲ ਹੈ, ਕਿੰਨਾ ਪਾਵਰ ਪਾਰਟੀਸਪੇਟ ਕਰਦਾ, ਕਿੰਨੇ ਵੋਲੰਟੀਅਰ ਸਕਿੱਲ ਹੈਗੇ ਨੇ, ਸਾਰੀ ਓਵਰਆਲ ਡਿਵੈਲਪਮੈਂਟ ਅਸੀਂ ਚੈੱਕ ਕਰਦੇ ਹਾਂ ਜੀ। ਟੀਮ ਬਿਲਡਿੰਗ ਹੋ ਗਈ, ਟੀਮ ਬਿਲਡਿੰਗ, ਲੀਡਰਸ਼ਿਪ ਹੋ ਗਿਆ, ਲੀਡਰਸ਼ਿਪ, ਦੈਟਸ ਰਾਈਟ, ਸਾਡੇ ਸਟੂਡੈਂਟ ਕਾਉਂਸਲਸ ਹੁੰਦੀਆਂ ਨੇ, ਉੱਥੋਂ ਲੀਡਰਸ਼ਿਪ ਕੁਆਲਿਟੀਜ਼ ਪਤਾ ਲੱਗਦੀਆਂ ਨੇ, ਔਰਗਨਾਈਜੇਸ਼ਨ ਸਕਿੱਲਸ ਪਤਾ ਲੱਗਦੀਆਂ ਨੇ, ਟਾਈਮ ਮੈਨੇਜਮੈਂਟਸ ਹੋਗੀਆਂ, ਇਹ ਸਾਰੀਆਂ ਸਿਰਫ ਇੱਕੋ ਇਕੱਲਾ ਰਿਟਨ ਟੈਸਟ ਜਾਂ ਇਕੱਲੇ ਓਰਲ ਟੈਸਟ ਨਾਲ ਨਹੀਂ ਡਿਟਰਮਾਈਨ ਹੁੰਦਾ, ਇੱਥੇ ਬਰੋਡ, ਇੱਥੇ ਬਿਲਕੁਲ ਬਹੁਤ ਵਾਈਡ ਸਿਸਟਮ ਹੈ ਐਵੈਲੂਏਸ਼ਨ ਦਾ। ਕਿਉਂਕਿ ਦੇਖੋ ਮੈਂ ਕਦੇ ਕਦੇ ਇਹ ਮਹਿਸੂਸ ਕਰਦਾ ਵੀ ਸਾਡਾ ਜਿਹੜਾ ਪੰਜਾਬ ਦੇ ਵਿੱਚ ਐਵੈਲੂਏਸ਼ਨ ਸਿਸਟਮ ਸੀ, ਉਹ ਇਹ ਐਵੈਲੂਏਟ ਕਰਦਾ ਰਿਹਾ ਕਿ ਤੇਰੇ ਕਿੰਨੇ ਨੰਬਰ ਹੈ ਅਤੇ ਮੇਰੇ ਕਿੰਨੇ ਨੰਬਰ ਹੈ, ਪਰ ਜਦੋਂ ਰੀਅਲ ਲਾਈਫ ਦੀ ਗੱਲ ਆਉਂਦੀ ਹੈ, ਜਿਹਦੇ 92% ਹੁੰਦੇ ਆ ਉਹ ਜ਼ਿੰਦਗੀ 'ਚ ਫੇਲ ਹੋ ਜਾਂਦਾ, ਅਤੇ ਜਿਹੜਾ ਖੂਬ 55-70 ਵਾਲਾ ਹੁੰਦਾ ਉਹ ਕਿਤੇ ਨਾ ਕਿਤੇ ਜਾ ਕੇ ਐਕਸਲ ਮਤਲਬ ਕਰ ਜਾਂਦਾ ਸੀ ਇਕੱਲੀ ਐਕੇਡੈਮਿਕਸ ਨੂੰ। ਮੈਂ ਕਈ ਵਾਰੀ ਮਹਿਸੂਸ ਕਰਦਾ ਮੈਂ ਲਾਸਟ ਟਾਈਮ ਲਗੋਤਮ ਕਦੋਂ ਕੱਢਿਆ ਸੀ, ਕੱਢਿਆ ਹੀ ਨਹੀਂ ਜਦੋਂ ਲਗੋਤਮ, ਜਦੋਂ ਮੈਥ ਪੜ੍ਹਦੇ ਹੁੰਦੇ ਸੀ, ਤਾਂ ਫਿਰ ਕੱਢੀ ਕਿਉਂ ਗਏ ਸਾਰੀ ਉਮਰ? ਹੈ ਉਹੀ ਗੱਲ ਆ, ਇੱਥੇ ਲਾਈਫ ਸਕਿੱਲਸ, ਇੱਥੇ ਆਪਾਂ ਪ੍ਰੈਕਟੀਕਲ ਨੌਲੇਜ, ਮੈਂ ਉਹੀ ਦੋਨੇ ਵਰਡ ਦੇਖੇ ਹੋਏ ਆ, ਵੈਰੀ ਲੱਕੀ, ਮੈਂ ਇੰਡੀਆ ਵੀ ਪੜ੍ਹਾਇਆ ਹੋਇਆ, ਇੱਥੇ ਵੀ ਪੜ੍ਹਾਇਆ। ਹੁਣ ਮੈਂ ਕੰਪੈਰੀਜ਼ਨ ਕਰ ਸਕਦੀ ਹਾਂ ਕਿ ਉੱਥੇ ਤਾਂ ਟੀਚਰ, ਬਸ ਟੀਚਰ ਨੇ ਜੋ ਦੱਸਤਾ ਬਸ ਠੀਕ ਹੈ, ਸਭ ਠੀਕ ਹੈ, ਇੱਥੇ ਵੀ ਠੀਕ ਆ ਮੰਨਦੇ ਆ, ਪਰ ਇੱਥੇ ਥੋੜ੍ਹਾ ਚਾਈਲਡ ਓਰੀਐਂਟਡ ਹੈ, ਸਟੂਡੈਂਟ ਓਰੀਐਂਟਡ, ਤੁਹਾਡੇ ਸਕਿੱਲਸ ਦੇ ਓਰੀਐਂਟਡ, ਇੱਥੇ ਮੋਸਟਲੀ ਦੱਸਦੇ ਕਿ ਤੁਹਾਨੂੰ ਕੀ ਇਨਫੋਰਮੇਸ਼ਨ ਹੈ, ਕਿਉਂ ਕਰ ਰਹੇ ਨੇ ਡੇਲੀ ਰਿਊਸ, ਜਿਵੇਂ ਆਪਾਂ ਸਾਇੰਸ ਪੜ੍ਹਦੇ ਹਾਂ, ਅਤੇ ਤੁਸੀਂ ਕਿਵੇਂ ਐਪਲੀਕੇਸ਼ਨ ਕਿਵੇਂ ਕਰ ਸਕਦੇ ਹੋ, ਕੀ ਯੂਜ਼ ਕੀ ਹੈ, ਇਨਕੁਆਇਰੀ ਬੇਸ ਸਕਿੱਲਸ ਇੱਥੇ, ਤਾਂ ਕਰਕੇ ਤੁਹਾਡਾ ਹੈਂਡਸ ਔਨ ਐਕਟੀਵਿਟੀਜ਼ ਜਦੋਂ ਕਰਵਾਉਂਦੇ ਹਾਂ ਤਾਂ ਉਵੇਂ ਪਰਸਨੈਲਿਟੀ ਬੱਚੇ ਦੀ ਡਿਵੈਲਪ ਹੁੰਦੀ ਰਹਿੰਦੀ। ਤੁਸੀਂ ਨਾ ਇੱਕ ਬੜੀ ਪ੍ਰੈਕਟੀਕਲ ਐਗਜ਼ਾਮਪਲ ਮੈਂ ਦਿੰਦਾ, ਮੰਨ ਲਓ 10th ਦੇ ਪੇਪਰ ਆ ਬੱਚੇ ਦੇ, ਪੰਜਾਬ ਦੇ ਵਿੱਚ ਪੜ੍ਹਦਾ, ਆਪਣੇ ਵੇਲਿਆਂ ਦੀਆਂ ਗੱਲਾਂ ਕਰਦਾ, ਮਾਤਾ ਨਿਕਲਾਈ ਉਹਦੇ ਪੇਪਰਾਂ 'ਚ, ਠੀਕ ਹੈ ਜੀ, ਜਾਮ ਪੀਲੀਆ ਹੋ ਗਿਆ,
ਸਾਲ ਮਰ ਗਿਆ ਉਹ ਬੱਚੇ ਦਾ ਰਿਪੋਰਟ ਕਾਰਡ ਕਹਿੰਦਾ ਵੀ ਇਹ ਬੱਚਾ ਤਾਂ ਯਾਰ 57% ਵਾਲਾ ਹਾਲਾਂਕਿ ਜੇ ਉਹ ਨਾ ਬਿਮਾਰ ਹੁੰਦਾ ਤਾਂ ਉਹਦੇ ਸਾਰੇ 87% ਆ ਜਾਂਦੇ ਠੀਕ ਹੈ ਤਾਂ ਫਿਰ ਉਹ ਵੈਲੂਏਸ਼ਨ ਸਿਸਟਮ ਬੱਚੇ ਦੀ ਪਰਸਨੈਲਿਟੀ ਨੂੰ ਰਿਫਲੈਕਟ ਤਾਂ ਨਾ ਕਰਦਾ ਹੋਇਆ ਵੀ ਨੀਡ ਟੂ ਥਿੰਕ ਡਿਫਰੈਂਟ ਵੀ ਨੀਡ ਟੂ ਥਿੰਕ ਡਿਫਰੈਂਟ ਬੱਚੇ ਦਾ ਬੱਚੇ ਦੀ ਪਰਸਨੈਲਿਟੀ ਨੂੰ ਉਸ ਢੰਗ ਨਾਲ ਅਵੈਲੂਏਟ ਕਰਨਾ ਬੱਚੇ ਨੂੰ ਉਸ ਢੰਗ ਨਾਲ ਤੁਸੀਂ ਰਿਫਲੈਕਟ ਕਰਨੀ ਉਹਦੀ ਉਹਦਾ ਰਿਪੋਰਟ ਕਾਰਡ ਹੈ ਜਿਹੜਾ ਉਹ ਰਿਫਲੈਕਟ ਕਰੇ ਕਿ ਤੁਹਾਡਾ ਬੱਚਾ ਕੀ ਹੈ ਮੈਨੂੰ ਇਹ ਲੱਗਦਾ ਕਿ ਪੇਰੈਂਟਸ ਅਤੇ ਟੀਚਰ ਦਾ ਜਿਹੜਾ ਕਨੈਕਸ਼ਨ ਹੈ ਨਾ ਬਹੁਤ ਜ਼ਰੂਰੀ ਹੈ ਪਰਪਸ ਤਾਂ ਇਹੀ ਹੈ ਕਿ ਯੂ ਨੋ ਹੂ ਯੂਅਰ ਕਿਡ ਇਜ਼ ਬਿਲਕੁਲ ਉਹ ਤੁਹਾਨੂੰ ਟੀਚਰ ਨੇ ਬਿਲਕੁਲ ਉਹੀ ਦਾ ਇੱਕ ਟ੍ਰਾਇੰਗਲ ਆਪਾਂ ਕਹਿ ਸਕਦੇ ਹਾਂ ਆਪਣਾ ਮੇਨ ਟਾਰਗੇਟ ਕੀ ਹੈ ਸਟੂਡੈਂਟ ਐਜ਼ ਏ ਪੇਰੈਂਟ ਤੁਸੀਂ ਕੀ ਚਾਹੁੰਦੇ ਹੋ ਕਿ ਮੇਰਾ ਬੱਚਾ ਪੜ੍ਹੇ ਮੇਰਾ ਬੱਚਾ ਗਰੋ ਕਰੇ ਮੇਰੇ ਡ੍ਰੀਮਸ ਨੂੰ ਫੁਲਫਿਲ ਕਰੇ ਐਜ਼ ਏ ਪੇਰੈਂਟ ਐਜ਼ ਏ ਟੀਚਰ ਸਾਡਾ ਡ੍ਰੀਮ ਕੀ ਹੈ ਕਿ ਜਿਹੜਾ ਮੈਂ ਪੜ੍ਹਾਇਆ ਬੱਚੇ ਨੂੰ ਸਮਝ ਆਏ ਅਸੀਂ ਰੀਅਲੀ ਬਿਲੀਵ ਮੈਨੂੰ ਬੜੀ ਬਹੁਤ ਵਧੀਆ ਲੱਗਦਾ ਕਿ ਜਦੋਂ ਮੇਰੇ ਬਿਲਕੁਲ ਪਹਿਲਾਂ ਦੇ ਪੜ੍ਹਾਏ ਬੱਚੇ ਆਉਣਗੇ ਮੇਰੇ ਕੋਲ ਉਹ ਮੈਂ ਯੂਨੀਵਰਸਿਟੀ ਮੈਨੀਟੋਬਾ ਵਿੱਚ ਫਾਰਮੈਸੀ ਕਰ ਰਹੀ ਹੈ ਮੈਂ ਉਹ ਪੜ੍ਹ ਰਿਹਾ ਕਿੰਨੀ ਪ੍ਰਾਊਡ ਮੂਵਮੈਂਟ ਹੁੰਦੀ ਹੈ ਇਹੀ ਸਾਡੇ ਲਈ ਰਿਵਾਰਡ ਹੈ ਜਦੋਂ ਸਾਡੇ ਬੱਚੇ ਸਾਡੇ ਕੋਲ ਸਾਨੂੰ ਆ ਕੇ ਮਿਲਦੇ ਆ ਸਾਨੂੰ ਦੱਸਦੇ ਆ ਫਿਰ ਆਪਣਾ ਮੇਨ ਟਾਰਗੇਟ ਕੀ ਹੋਇਆ ਸਟੂਡੈਂਟ ਕਿ ਚਾਈਲਡ ਜੀ ਤੁਹਾਡਾ ਵੀ ਉਹੀ ਹੈਗਾ ਵੀ ਚਾਈਲਡ ਨੂੰ ਇੰਪਰੂਵ ਕਰਨਾ ਹੈ ਐਜ਼ ਅ ਟੀਚਰ ਮੇਰਾ ਕੀ ਹੈ ਮੈਂ ਚਾਈਲਡ ਵਾਈ ਨਾਟ ਮੇਕ ਅ ਟੀਮ ਹਾਂਜੀ ਇੱਕ ਅਧਿਆਪਕ ਪੇਰੈਂਟ ਤੇ ਬੱਚਾ ਇੱਕ ਟ੍ਰਾਇੰਗਲ ਇੱਕ ਟੀਮ ਟ੍ਰਾਇੰਗਲ ਬਣਾਓ ਇੱਕ ਟੀਮ ਬਣਾਓ ਤਾਂ ਕਿ ਤੁਸੀਂ ਵੀ ਇਨਪੁਟ ਕਰੋ ਤੁਸੀਂ ਘਰ ਵੱਲੋਂ ਪੁਸ਼ ਕਰੋ ਮੈਂ ਇੱਥੇ ਸਕੂਲ 'ਚ ਬੈਠੀ ਹਾਂ ਜਦੋਂ ਮੇਰੇ ਕੋਲ ਹੈ ਤਾਂ ਮੈਂ ਉਹਨੂੰ ਪੁੱਛਾਂ ਜਦੋਂ ਤੁਸੀਂ ਐਜ਼ ਅ ਪੇਰੈਂਟ ਤੁਹਾਡੇ ਕੋਲ ਹੈ ਤਾਂ ਤੁਸੀਂ ਪੁੱਛੋ ਅਤੇ ਆਪਾਂ ਦੋਨੇ ਇੱਕੋ ਫੇਸ 'ਤੇ ਹੋਈਏ ਜੀ ਤਾਂ ਹੀ ਆਪਾਂ ਬੱਚੇ ਨੂੰ ਗਰੋ ਕਰ ਸਕਦੇ ਹਾਂ ਅਤੇ ਟੀਚਰ ਨੂੰ ਟਰੱਸਟ ਕਰਨਾ ਚਾਹੀਦਾ ਪੇਰੈਂਟ 'ਤੇ ਐਟ ਦਾ ਸੇਮ ਟਾਈਮ ਪੇਰੈਂਟਸ ਨੂੰ ਚਾਹੀਦਾ ਕਿ ਟੀਚਰ 'ਤੇ ਟਰੱਸਟ ਕਰੇ ਕਿ ਉਹ ਕਰ ਰਹੇ ਆ ਜੋ ਕਰ ਰਹੇ ਆ ਠੀਕ ਕਰ ਰਹੇ ਆ ਅਗੇਨ ਉਹਨਾਂ 'ਚ ਇੰਨੀ ਕੁ ਮਿਊਚੁਅਲ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ ਕਿ ਜੋ ਕਰ ਰਹੇ ਹਾਂ ਆਪਾਂ ਬੱਚੇ ਦੀ ਗਰੋਥ ਲਈ ਕਰ ਰਹੇ ਹਾਂ ਹਾਂਜੀ ਇਹ ਬਹੁਤ ਜ਼ਰੂਰੀ ਹੈ ਮੈਂ ਕਿਹ ਰਹੀ ਮਹਿਸੂਸ ਕਰਦਾ ਤੁਸੀਂ ਯੂ ਜਸਟ ਸੈਡ ਕਿ ਆਪਾਂ ਮਤਲਬ ਪੇਰੈਂਟਸ ਇਹ ਕਹਿੰਦੇ ਆ ਕਿ ਮੇਰਾ ਬੱਚਾ ਪੜ੍ਹੇ ਹੈ ਨਾ ਕਈ ਪੇਰੈਂਟਸ ਆ ਜਿਹੜੇ ਉਹ ਨਹੀਂ ਕਹਿੰਦੇ ਮੇਰਾ ਬੱਚਾ ਪੜ੍ਹੇ ਹੈ ਨਾ ਅਤੇ ਜਿਹੜੇ ਪੇਰੈਂਟਸ ਇਹ ਨਹੀਂ ਕਹਿੰਦੇ ਵੀ ਮੇਰਾ ਬੱਚਾ ਪੜ੍ਹੇ ਆਪਾਂ ਨੂੰ ਕਹਿੰਦੇ ਯਾਰ ਇਹ ਚੰਗਾ ਪੇਰੈਂਟ ਹੈ ਪਰ ਉਹ ਪੇਰੈਂਟ ਮੈਨੂੰ ਬੜੇ ਚੰਗੇ ਲੱਗਦੇ ਜਿਹੜੇ ਕਹਿੰਦੇ ਮੇਰਾ ਬੱਚਾ ਯਾਰ ਪੜ੍ਹੇ ਨਾ ਪੜ੍ਹੇ ਪਰ ਮੇਰਾ ਬੱਚਾ ਸਿੱਖੇ ਕਿੰਨੀ ਇੰਪੋਰਟੈਂਟ ਗੱਲ ਹੈ ਕਿਉਂਕਿ ਆਪਣਾ ਫੋਕਸ ਲਰਨਿੰਗ ਹੈ ਰੀਡਿੰਗ ਥੋੜ੍ਹਾ ਹੈ ਪੜ੍ਹਨਾ ਤਾਂ ਰੀਡਿੰਗ ਹੁੰਦੀ ਹੈ ਜਾਂ ਸਟੱਡੀ ਹੁੰਦਾ ਹੈ ਨਾ ਉਹ ਪਰਪਸ ਥੋੜ੍ਹਾ ਹੈ ਬੱਚਾ ਕੁਛ ਬਣੇ ਜ਼ਿੰਦਗੀ ਦੇ ਵਿੱਚ ਬਣੇ ਨਾ ਬਣੇ ਸਕਸੈਸਫੁਲ ਹੋਵੇ ਬਿਲਕੁਲ ਸਕਸੈਸਫੁਲ ਹੋਵੇ ਵੀ ਨੀਡ ਟੂ ਚੇਂਜ ਦ ਲੈਂਸ ਜਿਹਦੇ ਵਿੱਚ ਦੀ ਅਸੀਂ ਦੇਖਦੇ ਹਾਂ ਨਾ ਕਈ ਵਾਰੀ ਉਸੇ ਟ੍ਰੈਡੀਸ਼ਨਲ ਥਿੰਕਿੰਗ ਦੇ ਵਿੱਚ ਅਸੀਂ ਵੜ ਕੇ ਵੀ ਆ ਇਹਨਾਂ ਦਾ ਬੱਚਾ 90% ਤੁਹਾਡੀ ਰਿਸਪੈਕਟ ਇਸ ਗੱਲ ਨਾਲ ਥੋੜ੍ਹਾ ਜੁੜੀ ਹੋਈ ਹੈ ਕਿ ਤੁਹਾਡੇ ਜਵਾਕ ਦੇ ਕਿੰਨੇ ਨੰਬਰ ਨੇ ਮੈਨੂੰ ਤਾਂ ਇਹ ਦੋਨਾਂ ਚੀਜ਼ਾਂ ਦਾ ਕੋਈ ਰਿਲੇਸ਼ਨ ਨਹੀਂ ਲੱਗਦਾ ਕਈ ਕਈ ਪੇਰੈਂਟਸ ਦੇਖੇ ਕਈ ਇਸ ਤਰ੍ਹਾਂ ਕਰਦੇ ਨੇ ਹਾਂਜੀ ਹਾਂਜੀ ਮੈਂ ਡਾਕਟਰ ਹੈ ਮੈਂ ਟੀਚਰ ਹੈ ਮੈਂ ਇਹ ਹੈ ਅਤੇ ਮੇਰੇ ਬੱਚੇ ਦੇ ਕਿਵੇਂ 60% ਨੰਬਰ ਆ ਗਏ ਮੈਂ ਤੁਹਾਨੂੰ ਗੱਲ ਦੱਸਾਂ ਜਿਹੜਾ ਇਹ ਪ੍ਰੈਸ਼ਰ ਹੈ ਨਾ ਅਸੀਂ ਮੀਡੀਆ ਦੇ ਵਿੱਚ ਦੇਖਦੇ ਹਾਂ ਬੈਕ ਹੋਮ ਦੇਖਦੇ ਹਾਂ ਜਦੋਂ ਰਿਜ਼ਲਟ ਆਉਂਦੇ ਹਨ ਜਦੋਂ ਰਿਜ਼ਲਟ ਆਉਂਦੇ ਤਾਂ ਇੰਨੀਆਂ ਮਤਲਬ ਜਿਹੜੀਆਂ ਦੁਖਦਾਇਕ ਘਟਨਾਵਾਂ ਹੁੰਦੀਆਂ ਕਿ ਕਿਸੇ ਬੱਚੇ ਨੇ ਪੱਖੇ ਨਾਲ ਲਮਕਾ ਲਿਆ ਆਪਣੇ ਆਪ ਨੂੰ ਸੁਸਾਈਡ ਕਰ ਲਿਆ ਕਿਸੇ ਬੱਚੇ ਨੇ ਕੋਈ ਇੱਦਾਂ ਦੀ ਚੀਜ਼ ਖਾ ਲਈ ਕਿਹੜੇ ਡਰੋਂ ਕਿ ਮੈਂ ਘਰੇ ਜਾ ਕੇ ਕਿਵੇਂ ਦੱਸੂਗਾ ਕਿ ਮੈਂ ਫੇਲ ਹੋ ਗਿਆ ਇਹ ਤਾਂ ਅਸੀਂ ਕਦੇ ਸੋਚਿਆ ਨਹੀਂ ਸੀ ਅਸੀਂ ਮਤਲਬ ਵਟ ਡਾਇਰੈਕਸ਼ਨ ਵੀ ਆਰ ਹੈਡਿੰਗ ਟੂ ਡਾਕਟਰ ਬਜਾਜ ਸਾਨੂੰ ਜਿਹੜਾ ਬਾਈਜ਼ਨ ਰੀਜਨਲ ਸਾਇੰਸ ਫੇਅਰ ਹੈ ਉਹਦੇ ਬਾਰੇ ਥੋੜ੍ਹੀ ਜਿਹੀ ਬਰੀਫਿੰਗ ਕਰੋ ਕਿਉਂਕਿ ਜਿਹੜੇ ਦਰਸ਼ਕ ਸਾਡੇ ਨਾਲ ਹੁਣੇ ਹੁਣੇ ਜੁੜਿਆ ਉਹਨਾਂ ਨੂੰ ਪਤਾ ਲੱਗ ਸਕੇ ਕਿ ਕਿਸ ਤਰ੍ਹਾਂ ਦਾ ਪ੍ਰੋਜੈਕਟ ਹੈ ਅਤੇ ਉਹ ਆਪਣੇ ਬੱਚਿਆਂ ਨੂੰ ਇਸ ਸਾਇੰਸ ਫੇਅਰ ਨਾਲ ਕਿਵੇਂ ਜੋੜ ਸਕਦੇ ਆ ਜੀ ਹਾਂਜੀ ਬਾਈਜ਼ਨ ਰੀਜਨਲ ਸਾਇੰਸ ਫੇਅਰ ਹੈ ਇਹ ਗ੍ਰੇਡ 4-10 ਸਾਰੇ ਮੈਨੀਟੋਬਾ ਸਕੂਲਸ ਲਈ ਓਪਨ ਹੈ ਇਸ ਤੁਸੀਂ ਇੰਡੀਪੈਂਡੈਂਟ ਸਕੂਲ ਕੈਥਲਿਕ ਸਕੂਲ ਐਂਡ ਹੋਮ ਸਕੂਲ ਪਬਲਿਕ ਸਕੂਲ ਸਾਰੇ ਪਾਰਟੀਸਪੇਟ ਕਰ ਸਕਦੇ ਹੈ ਪੋਲੀਕ੍ਰੋਸ ਸਕੂਲ ਜਿਮਨੇਜ਼ੀਅਮ ਵੈਨਿਊ ਹੈ 3 ਟਾਈਪਸ ਦੇ ਪ੍ਰੋਜੈਕਟ ਐਕਸਪੈਰੀਮੈਂਟਲ ਰਿਸਰਚ ਐਂਡ ਇਨੋਵੇਸ਼ਨ ਅਤੇ ਇਹਦੀਆਂ ਡਿਫਰੈਂਟ ਕੈਟੇਗਰੀਜ਼ ਵਿੱਚ ਪਾਰਟੀਸਪੇਟ ਕਰ ਸਕਦੇ ਹੈ ਹੈਲਥ ਬਾਇਓਟੈਕਨੋਲੋਜੀ ਐਂਡ ਫਾਰਮਾਸੂਟੀਕਲ ਸਾਇੰਸਿਸ ਪਲਾਂਟ ਸਾਇੰਸਿਸ ਐਨੀਮਲ ਸਾਇੰਸਿਸ ਇਨਵਾਇਰਮੈਂਟਲ ਸਾਇੰਸਿਸ ਸੋਸ਼ਲ ਸਾਇੰਸਿਸ ਫਿਜ਼ਿਕਸ ਐਂਡ ਇੰਜੀਨੀਅਰਿੰਗ ਇਹ ਡਿਫਰੈਂਟ ਕੈਟੇਗਰੀਜ਼ ਨੇ ਸੋ ਇਹਦੇ ਲਈ 2 ਡਿਫਰੈਂਟ ਏਜ ਗਰੁੱਪਸ ਨੇ ਗ੍ਰੇਡ 4-6 ਐਂਡ ਗ੍ਰੇਡ 7-10 ਜਿਹੜੇ ਸਾਰੇ ਸਟੂਡੈਂਟਸ ਇਸ ਐਲੀਜੀਬਲ ਨੇ ਗੋਲਡ ਸਿਲਵਰ ਐਂਡ ਬ੍ਰੋਂਜ਼ ਮੈਡਲ ਲਈ ਜਿਹੜੇ ਗ੍ਰੇਡ 7 ਆਊਟਵਰਡਸ ਨੇ ਉਹ ਐਲੀਜੀਬਲ ਨੇ ਕੈਨੇਡਾ ਵਾਈਡ ਸਾਇੰਸ ਫੇਅਰ ਟ੍ਰਿਪਲੀ ਇਸ ਸਾਰ ਕੈਨੇਡਾ ਵਾਈਡ ਸਾਇੰਸ ਫੇਅਰ ਨਿਊ ਬ੍ਰਾਂਸਵਿਕ ਫਰੈਡਰਿਕਟਨ May 11-17 ਹੋ ਰਿਹਾ ਅਤੇ ਇਹ ਸਾਰਾ ਆਲ ਪੇਡ ਐਕਸਪੈਂਸ ਪ੍ਰੀਪੇਡ ਐਕਸਪੈਂਸ ਦੇ ਡੋਂਟ ਹੈਵ ਟੂ ਪੇ ਐਨੀਥਿੰਗ ਸਾਰਾ ਸਪੋਂਸਰਸ਼ਿਪ ਵੱਲੋਂ ਹੀ ਇਹ ਸਾਰਾ ਪੇਡ ਬੱਚਿਆਂ ਲਈ ਟੋਟਲ ਫਰੀ ਹੈ ਸਿਰਫ ਇੱਕ ਸਾਇੰਸ ਫੇਅਰ ਪ੍ਰੋਜੈਕਟ ਨਾਲ ਇਹ ਬੱਚੇ ਕੈਨੇਡਾ ਵਾਈਡ ਸਾਇੰਸ ਵਿੱਚ ਕੰਪੀਟ ਕਰ ਸਕਦੇ ਹੈ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਉੱਥੇ ਇਨਵਾਈਟ ਕਰਨਾ ਚਾਹੂੰਗੀ ਤੁਸੀਂ ਸਾਰੇ ਪਲੀਜ਼ ਆਓ ਬੱਚਿਆਂ ਨੂੰ ਇਨਕਰੇਜ ਕਰੋ ਮੋਟੀਵੇਟ ਕਰੋ ਅਤੇ ਦੇਖੋ ਆਪਣੀ ਕਮਿਊਨਿਟੀ ਕਿਸ ਤਰ੍ਹਾਂ ਸਾਇੰਸ ਨੂੰ ਪ੍ਰਮੋਟ ਕਰ ਰਹੀ ਹੈ
April 5th, 2019 ਰਜਿਸਟ੍ਰੇਸ਼ਨ ਡੈਡਲਾਈਨ ਹੈ ਰਜਿਸਟ੍ਰੇਸ਼ਨ ਕਰਵਾਉਣ ਲਈ ਤੁਸੀਂ ਬਾਇਜ ਰੀਜਨਲ ਸਾਇੰਸ ਫੇਅਰ ਇਹ ਵੈਬਸਾਈਟ 'ਤੇ ਤੁਸੀਂ ਚੈੱਕ ਕਰ ਸਕਦੇ ਹੋ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ ਬਾਇਜ ਰੀਜਨਲ ਐਟ ਜੀਮੇਲ ਡੋਟ ਕੋਮ ਮੇਰਾ ਫੋਨ ਨੰਬਰ 204-237-4936 ਤੁਸੀਂ ਇਸ 'ਤੇ ਕੋਂਟੈਕਟ ਕਰ ਸਕਦੇ ਹੋ ਜਾਂ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ ਜੇ ਤੁਹਾਨੂੰ ਕੋਈ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਗਾਈਡੈਂਸ ਦੀ ਜ਼ਰੂਰਤ ਹੈ ਜਾਂ ਤੁਹਾਨੂੰ ਟੋਪਿਕ ਨਹੀਂ ਸਮਝ ਆ ਰਿਹਾ ਕਿ ਕਿਸ ਤਰ੍ਹਾਂ ਦਾ ਟੋਪਿਕ ਕਰਨਾ ਹੈ ਮੈਂ ਹਮੇਸ਼ਾ ਹੀ ਤੁਹਾਡੀ ਹੈਲਪ ਕਰਨ ਲਈ ਤਿਆਰ ਹੈ ਤੁਸੀਂ ਐਜ਼ ਏ ਗਰੁੱਪ ਵੀ ਪਾਰਟੀਸਪੇਟ ਕਰ ਸਕਦੇ ਹੋ ਐਜ਼ ਏ ਇੰਡੀਵਿਜੁਅਲ ਪ੍ਰੋਜੈਕਟ ਵੀ ਕਰ ਸਕਦੇ ਹੋ ਮਿੱਤਰ ਪਿਆਰਿਓ ਇਹ ਸੀ ਬਾਈਜ਼ਨ ਓਰਿਜਨਲ ਸਾਇੰਸ ਫੇਅਰ ਬਾਰੇ ਜਿਹੜੀ ਜਾਣਕਾਰੀ ਡਾਕਟਰ ਅੰਜੂ ਬਜਾਜ ਹੋਣਾ ਨੇ ਸਾਨੂੰ ਦਿੱਤੀ ਅਸੀਂ ਇੱਕ ਵਾਰ ਫਿਰ ਆਪਣੇ ਵੱਲੋਂ ਵੀ ਇਹ ਗੁਜ਼ਾਰਿਸ਼ ਕਰਦੇ ਹਾਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਸਾਇੰਸ ਦੇ ਖੇਤਰ ਦੇ ਵਿੱਚ ਆਪਣੇ ਬੱਚਿਆਂ ਨੂੰ ਭੇਜੋ ਇਸ ਈਵੈਂਟ ਦੇ ਵਿੱਚ ਵੱਧ ਤੋਂ ਵੱਧ ਬੱਚੇ ਵੱਧ ਚੜ੍ਹ ਕੇ ਹਿੱਸਾ ਲੈਣ ਤਾਂ ਕਿ ਉਹ ਨੈਸ਼ਨਲ ਲੈਵਲ 'ਤੇ ਕੈਨੇਡਾ ਲੈਵਲ 'ਤੇ ਵੀ ਆਪਣਾ ਨਾਂ ਚਮਕਾ ਸਕਣ ਡਾਕਟਰ ਅੰਜੂ ਬਜਾਜ ਬਹੁਤ ਸੋਹਣੀ ਗੱਲਬਾਤ ਬੜੀ ਸੋਹਣੀ ਜਾਣਕਾਰੀ ਤੁਸੀਂ ਦਿੱਤੀ ਸਾਡੇ ਪੇਰੈਂਟਸ ਨੂੰ ਸਾਡੇ ਦਰਸ਼ਕਾਂ ਨੂੰ ਸਾਡੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਦੇ ਰਹੀਏ ਤੁਹਾਡਾ ਸਾਡੇ ਸਟੂਡੀਓ 'ਚ ਆਉਣ ਲਈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਮਿੱਤਰ ਪਿਆਰੇ ਵੀ ਸਨ ਡਾਕਟਰ ਅੰਜੂ ਬਜਾਜ ਜਿਨ੍ਹਾਂ ਨੇ ਤੁਹਾਨੂੰ ਐਜੂਕੇਸ਼ਨ ਦੇ ਫੀਲਡ ਦੇ ਵਿੱਚ ਸਾਇੰਸ ਫੇਅਰ ਨਾਲ ਸੰਬੰਧਿਤ ਜਾਣਕਾਰੀ ਦਿੱਤੀ ਇਸੇ ਤਰ੍ਹਾਂ ਦੇ ਕਿਸੇ ਹੋਰ ਮਹਿਮਾਨ ਨਾਲ ਅਗਲੀ ਵਾਰੀ ਫਿਰ ਮਿਲਾਂਗੇ ਤਦ ਤੱਕ ਲਈ ਅੱਲਾ ਵੇਲੀ